ਵਾਹਿਗੁਰੂ ਸਾਹਿਬ ਜੀ ਗਈ ਬੁਹਾਰ ਬੰਦੀ ਸ਼ੋਰ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਪੈ ਰਾਖੋ ਪੈਜ ਤੁਮਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਅਗਮ ਗੋਚਰ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਸਤਸੰਗ ਜੀ ਅਸੀਸ ਬਖਸ਼ੋ, ਐਵਰੀ ਗਿਵਜ਼ ਯੂ ਬਲੈਸਿੰਗ। ਫਤਿਹ ਤੋਂ ਜਵਾਬ ਫਤਿਹ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦ ਟੋਪਿਕ ਇਜ਼ ਡੈਫ ਐਂਡ ਬਿਓਂਡ ਐਂਡ ਅੱਜ ਮੌਤ ਬਾਰੇ ਤਾਂ ਮੌਤ ਅੱਗੇ ਕੀ ਆ ਵਿਚਾਰ ਹੋਣੀ ਆ। ਸੋ ਸਪੀਕਰ ਬਾਈ ਫਰੋਮ ਪੰਜਾਬੀ ਐਂਡ ਇੰਗਲਿਸ਼ ਐਵਰੀ ਕੈਨ ਅੰਡਰਸਟੈਂਡ। ਸੋ ਵੇ ਟੂ ਸਟਾਰਟ ਵਿਦ ਵਿੱਚ ਫਾਈਵ ਥਿੰਗਸ ਵੁੱਡ ਯੂ ਚੂਜ਼ ਟੂ ਡੂ ਇਨ ਪ੍ਰੈਪਰੇਸ਼ਨ ਫੋਰ ਡੈਥ। ਸੋ ਮੌਤ ਦੀ ਤਿਆਰੀ ਲਈ ਤੁਸੀਂ ਕਿਹੜੀਆਂ ਪੰਜ ਚੀਜ਼ਾਂ ਕਰਨ ਲਈ ਸੋਚੋਗੇ? ਸੋ ਦੈਟਸ ਸਮਥਿੰਗ ਫੋਰ ਯੂ ਟੂ ਜਸਟ ਥਿੰਕ ਅਬਾਊਟ, ਠੀਕ ਹੈ ਜੀ। ਐਂਡ ਮੈਂ ਤੁਹਾਨੂੰ ਤਿੰਨ ਮਿੰਟ ਦਿੰਦਾ, 3 ਮਿੰਟਸ, ਠੀਕ ਹੈ ਜੀ। ਸੋ ਇਨ 3 ਮਿੰਟਸ ਯੂ ਕੈਨ ਜਸਟ ਥਿੰਕ ਅਬਾਊਟ ਦਿਸ, ਓਕੇ। ਐਂਡ ਇਫ ਯੂ ਕੈਨ ਜਿੱਥੇ ਤੁਸੀਂ ਬੈਠੇ ਨਹੀਂ ਵਾਈ ਯੂ ਸਿਟਿੰਗ, ਇਫ ਯੂ ਜਸਟ ਟਰਨ ਬੈਕ ਐਂਡ ਓ ਇਫ ਯੂ ਗੋਟ ਟੂ ਲਾਈਨਸ ਹੈ ਨਾ, ਸੋ ਵਿਦ ਇਨ ਦ ਟੂ ਲਾਈਨਸ ਯੂ ਕੈਨ ਡਿਸਕਸ, ਠੀਕ ਹੈ ਜੀ। ਆਰ ਆਈ ਸੋ ਐਵਰੀ ਮੇਕਸ ਅ ਨੋਟ, ਠੀਕ ਹੈ ਜੀ, ਨੋਟ ਕਰ ਲਓ, ਮੈਂਟਲ ਨੋਟ, ਮੈਂ ਰੈਂਡਮਲੀ ਪਿਕ ਪੀਪਲ ਹੈ ਐਂਡ ਜਸਟ ਸ਼ੇਅਰ ਯੂਰ ਸੁਜੈਸਟਨਸ। ਸੋ ਤੁਸੀਂ ਰਾਰ ਮਿਲਕ ਨੇ ਆਪਣੇ ਗਰੁੱਪ ਦੇ ਵਿੱਚ ਵਿਜ ਯੂਅਰ ਸਿਟਿੰਗ, ਇਫ ਯੂ ਜਸਟ ਡਿਸਕਸ ਦਿਸ, ਇਹ ਡਿਸਕਸ ਕਰਨਾ। ਸੋ ਮੌਤ ਦੀ ਧਿਰ ਲਈ ਤੁਸੀਂ ਕਿਹੜੀਆਂ ਪੰਜ ਚੀਜ਼ਾਂ ਕਰਨ ਲਈ ਸੋਚੋਗੇ? ਵਿਚ ਫਾਈਵ ਥਿੰਗਸ ਵਿਜ ਯੂ ਚੂਜ਼ ਟੂ ਡੂ ਪ੍ਰੈਪਰੇਸ਼ਨ ਫੋਰ ਡੈਥ, ਇਫ ਯੂ ਕੁਕਲੀ ਡਿਸਕਸ ਦਾ ਇਨ ਅ ਗਰੁੱਪਸ, ਠੀਕ ਹੈ ਜੀ। ਐਂਡ ਦੈਨ ਵਿਲ ਤਿੰਨ ਮਿੰਟ ਤੁਹਾਡੇ ਕੋਲ, 3 ਮਿੰਟਸ, ਓਕੇ, ਗੋ। Sorry, I'll give you an example. My example, just no one goes really off tangent. Koi banda hor passe na le aaj bhi gal. Oh, bhai guru. Acha. So, is an example is, for example, in preparation for death, maut di taiyari layi, I would go and ask for forgiveness from all the people I have had arguments with. Jinne vi maine kisi ne ladai jhagda hoya hovega, to unna to maafi mangna. Example. Okay? Vaheguru, the solar eclipse is almost full right now. So one thing to keep in mind, like, we're going to go outside now. Don't look at the sun unless you have like really strong sunglasses. You will blind yourself. Okay. So, but what you can note, the easiest way to notice it is that if you look on that side away from the sun, you'll notice it's a lot darker than it normally would be during the day. And then if you randomly pick somebody, Veerji with the glasses, Danish Singh, Danish Singh, I wonder, na yaad rakh liya thoda, haan ji, acha, Amar Shakana, haan ji, if you mention two, another one,
ਇਸ ਨਾਲ ਜਿਵੇਂ ਕੋਈ ਝੂਠ ਬੋਲਿਆ ਕਦੇ ਸੱਚ ਕਲੀਅਰ ਕਰਨਾ ਸੱਚ ਜੇ ਇਫ ਯੂ ਲਾਈ ਟੂ ਸਮਬਡੀ ਕਲੀਅਰਿੰਗ ਅਪ ਨੋ ਸੋ ਬਾਈ ਦ ਵੇ ਮਾਈ ਨੇਮ ਇਜ਼ ਨੋਟ ਡੈਨਿਸ ਸਿੰਘ ਠੀਕ ਹੈ ਸਰ ਜੇ ਕੋਈ ਝੂਠ ਬੋਲਿਆ ਕਿਸੇ ਨੂੰ ਦੱਸਣਾ ਝੂਠ ਬੋਲਿਆ ਸੀ ਓਕੇ ਭੈਣ ਜੀ ਦੇ ਗਲਾਸਿਸ ਪਰਮਾਤਮਾ ਹਾਂਜੀ ਹਾਂਜੀ we had a discussion about few things like number one was came up with clearing the bank account clearing it off and giving the money whatever you want to sort of with finances and getting the you know who to make your friend that's my group okay. And the second thing was the about the will available on yeah again friend bana lo ਇਸ ਦਾ ਗਰੁੱਪ ਬਹੁਤ ਚੰਗੇ ਆ ਤੇ ਵੀ ਨਾਲ ਨੇ ਕਿਹਾ ਕਿ ਬੈਂਕ ਕਾਫੀ ਦਰਦੀ ਹੈ ਸੇਮ ਗੁੱਡ ਵਾਈਸ ਟੂ ਯੂ نو ਪੀਪਲ ਹੂ ਆਰ ਇੰਪੋਰਟੈਂਟ ਇਨ ਯੂਰ ਲਾਈਫ ਲਾਈਕ ਪ੍ਰੋਬਬਲੀ ਯੂ ਵਰ ਥਿੰਕਿੰਗ ਮੇਬੀ ਡੂ ਅ ਸਮਾਗਮ ਗੈਟ ਏਵਰੀਬਾਡੀ ਟੁਗੇਦਰ ਬਿਕਾਜ਼ ਇਟਸ ਇਫ ਯੂ ਆਰ ਰਨਿੰਗ ਲੋ ਔਨ ਟਾਈਮ ਵਾਟ ਵੁੱਡ ਯੂ ਨੇਮ ਦ ਸਮਾਗਮ ਨਿਕ ਸ਼ੁਕਰਾਨਾ ਸਮਾਗਮ ਜਾਂ ਕਿਸੇ ਕੀ ਸਮਾਗਮ ਕੀ ਰੱਖੋ ਮੌਤ ਸਮਾਗਮ ਮੌਤ ਸਮਾਗਮ ਡੈਥ ਸਮਾਗਮ ਓਕੇ ਸਾਊਂਡਸ ਗੁੱਡ ਐਂਡ ਦੇ ਆਰ ਲੋਟ ਆਫ ਅਟੈਂਡੈਂਸ ਓਕੇ ਅਕਾਂਡ ਮੌਤ ਓਕੇ ਭੈਣ ਜੀ ਤੁਸੀਂ ਦੱਸ ਦਿਓ ਸਾਗਰੀ ਚੁਣੀ ਹੋ ਚੰਗਾ ਲੱਗਦਾ ਕਹਿੰਦਾ ਖਾਲਸਾ ਕੈਂਪ ਇਸ ਪ੍ਰੀਪੇਅਰਿੰਗ ਯੂ ਫਾਰ ਡੈਥ ਲੋਕਾਂ ਨੇ ਡਰਦੇ ਲੰਗਰ ਨਹੀਂ ਖਾਣਾ ਜਸਟ ਟੂ ਕਲੈਰੀਫਾਈ ਖਾਲਸਾ ਕੈਂਪ ਲੰਗਰ ਇਸ ਟੋਟਲੀ ਸੇਫ ਪਰੋਠੇ ਚ ਕੁਛ ਨਹੀਂ ਪਾਇਆ ਠੀਕ ਹੈ ਵੈਰੀ ਗੁੱਡ ਮਰਿਆਦਾ ਮਰਿਆਦਾ ਮਰ ਡੈਥ ਯਾਦ ਟੂ ਰਿਮੈਂਬਰ ਸਿੱਖ ਮਰਿਆਦਾ ਟੂ ਆਲਵੇਜ਼ ਲਿਵ ਇਨ ਦ ਰਿਮੈਂਬਰੈਂਸ ਆਫ ਡੈਥ ਬਟ ਨੋਟ ਟੂ ਫੀਅਰ ਡੈਥ ਠੀਕ ਹੈ ਜੀ ਬੋਲੋ ਵਾਹਿਗੁਰੂ ਇੱਕ ਗੁਰਿੰਦਰ ਸਿੰਘ ਆਏ ਇਹਦੇ ਵਿੱਚ ਇੱਕ ਮੂਵੀ ਹੈ ਬਈ ਉਹਨਾਂ ਨੂੰ ਕੱਢ ਦੇ ਇਹ 'ਚ ਪਈ ਹੈ ਸੁੰਦਰੀ ਮੈਂ ਕੁਛ ਦਿਖਾਉਣਾ ਸੀ ਅੱਛਾ ਸੋ ਵਾਈ ਵੀ ਟੋਕਨ ਅਬਾਊਟ ਡੈਥ ਮੌਤ ਬਾਰੇ ਕਿਉਂ ਵਿਚਾਰ ਕਰ ਰਿਹਾ ਠੀਕ ਹੈ ਜੀ ਸੋ ਅਕੋਰਡਿੰਗ ਟੂ ਗੁਰਬਾਣੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਫਰਮਾਉਂਦੇ ਆ ਜਿਹਾ ਚਿਰੀ ਲਿਖਿਆ ਅਤੇ ਆਹ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਤਾਂ ਮੋਸਟ ਸਰਟਨ ਥਿੰਗ ਇਨ ਲਾਈਫ ਜ਼ਿੰਦਗੀ ਵਿੱਚ ਜਦੋਂ ਸਾਰਿਆਂ ਨੂੰ ਪਤਾ ਜੇ ਜਿਹੜੇ ਗਰੰਟੀ ਜਿਹੜੀ ਚੀਜ਼ ਕੋਈ ਹੈਗੀ ਆ ਉਹ ਆ ਦਾ ਵੀ ਅਗਨ ਹਾਂ ਖੋਲਦੇ ਦਾ ਵੀ ਗਨ ਡਾਈ ਮੌਤ ਆ ਲਾਈਫ ਇਜ਼ ਦ ਮੋਸਟ ਅਨਸਰਟਨ ਥਿੰਗ ਐਂਡ ਡੈਫ ਇਜ਼ ਦ ਮੋਸਟ ਸਰਟਨ ਥਿੰਗ ਐਂਡ ਦੱਸ ਵਾਈ ਵੀ ਗਨ ਠੋਕ ਬਾ ਦੱਸ ਰਿਐਲਿਟੀ ਹੁਕਮਨਾਮਾ ਵੀ ਜਿਹੜਾ ਆਇਆ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਐਟ ਦ ਸਟਾਰਟ ਆਫ ਦ ਕੈਂਪ ਸੋਰਠ ਰਾਗ ਦੇ ਵਿੱਚ ਇਹੀ ਸੀ ਦਾ ਦਿਸ ਲਾਈਫ ਜਿਹੜੀ ਆ ਦ ਫੋਲਸ ਵਰਡ ਝੂਠੀ ਦੁਨੀਆ ਤਾਂ ਸੱਚੀ ਪ੍ਰੀਤ ਨਾਲ ਜੁੜਨਾ ਵਿਦ ਦ ਟਰੂ ਲਵ ਦ ਟਰੂ ਰਿਐਲਿਟੀ ਵਿਦ ਵਾਹਿਗੁਰੂ ਜੀ ਸੋ What does Gurbani tell us about there's when we talk about death and beyond jadon si maut agge di galla karde ha then a word which we have to come across is andithi duniya andit means vekhna to see the andithi means unseen jehdi cheez vekhya nahi ja sakdi theek hai ji I remember I was a conference at our high school my old teacher invited me ਤਾਂ ਕਹਿੰਦੇ ਸਾਡੇ ਤਾਂ ਸਕੂਲ ਕਾਨਫਰੰਸ ਹੋਣੀ ਸੀ ਐਂਡ ਕਹਿੰਦੇ ਮਨਵੀਰ ਸਿੰਘ ਜੀ ਨੇ ਵੀ ਨਾਈਸ ਮੈਂ ਯੂ ਦੋ ਯੂਨੀਵਰਸਿਟੀ ਹੁੰਦਾ ਸੀ ਦੈਟ ਪਲੀਜ਼ ਕਮ ਅਲੋਂਗ ਐਂਡ ਬੀ ਗੁੱਡ ਟੂ ਹੈਵ ਯੂ ਦੈਰ ਤਾਂ ਦੇ ਹੈਡ ਪੀਪਲ ਆਫ ਡਿਫਰੈਂਟ ਰਿਲੀਜਨ ਸਾਰੇ ਧਰਮਾਂ ਦੇ ਉੱਤੇ ਬੰਦੇ ਸੀ ਇੱਕ ਮੁਸਲਮਾਨ ਸੀ ਤੇ ਕ੍ਰਿਸਚਨ ਐਂਡ ਦੇ ਸਮਨ ਫਰੋਮ ਅ ਹਿਊਮਨਿਸਟ ਹਿਊਮਨਿਸਟ ਜਿਹੜੇ ਰੱਬ ਨੂੰ ਨਹੀਂ ਮੰਨਦੇ ਕਹਿੰਦੇ ਚੰਗੇ ਇਨਸਾਨ ਬਣੋ ਦੇ ਡੋਂਟ ਬਲੀਵ ਇਨ ਗੋਡ ਜਸਟ ਇਨ ਹਿਊਮਨ ਵੈਲਿਊਜ਼ ਠੀਕ ਹੈ ਥੈਂਕ ਯੂ ਬੋਲੋ ਵਾਹਿਗੁਰੂ
Waheguru. So, kiwa that I remember in that particular lecture, it was a conference. The panel banayasi and the students were sitting. I was sitting on the side as well. My side of the bettas in the audience, and the humanist lady. She was from the Richard Dawkins Society. Richard Dawkins, both takara ka nastak ya. He is a very strong-minded and a proponent of atheism. The old lady, Gandhi, that I would like to share something with everybody. That in my garage, there's a dragon. So in my garage, there's a dragon, and the dragon is pink. Ek Punjabi ch keh sakde ya, fir ek rakesh ja kuch idan de matlab koi janwar ya. Ta ore nak vichon ag nikldi, fir its nose fire comes up. Ta ore ch bhaf vi nikldi, steam comes out as well. Gulabi rang, that is pink color, but only I can see. Sirf main vekh sakde, no one else can see this. Just believe me, mujhe vishwas rakhna hai. ਉਹ ਜਾਣ ਕੇ ਤੁਸੀਂ ਯੂ ਅੰਡਰਸਟੈਂਡ ਵੈਰ ਸ਼ੀ ਇਜ਼ ਗੋਇੰਗ ਉਹ ਜਾਣ ਕੇ ਮਤਲਬ ਵਾਹਿਗੁਰੂ 'ਚ ਵਿਸ਼ਵਾਸ ਰੱਖਣ ਵਿੱਚ ਉਹ ਮਤਲਬ ਜੋਕ ਬਣਾ ਰਹੀ ਸੀ ਸ਼ੀ ਵਾਸ ਟ੍ਰਾਈ ਟੂ ਰਿਡਿਕੂਲ ਦ ਬਲੀਫ ਇਨ ਗੋਡ ਐਂਡ ਸੇਇੰਗ ਇਜ਼ ਦਿਸ ਹੋਕਸ ਪੋਕਸ ਬਲੀਵ ਇਨ ਥਿੰਗਸ ਐਂਡ ਵਨ ਥਿੰਗ ਸ਼ੀ ਸੈਡ ਸ਼ੀ ਗੋਜ਼ ਐਨੀਥਿੰਗ ਯੂ ਕੈਨ ਨੋਟ ਸੀ ਜਿਹੜੀ ਚੀਜ਼ ਤੁਸੀਂ ਵੇਖ ਨਹੀਂ ਸਕਦੇ ਜਿਹੜੀ ਚੀਜ਼ ਤੁਸੀਂ ਹੱਥ ਨਹੀਂ ਲਾ ਸਕਦੇ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਇਟਸ ਸਮਥਿੰਗ ਵਿਚ ਯੂ ਕੈਨ ਨੋਟ ਟੱਚ ਐਂਡ ਯੂ ਕੈਨ ਨੋਟ ਫੀਲ ਦੈਟ ਥਿੰਗ ਡਜ਼ ਨੋਟ ਐਗਜ਼ਿਸਟ ਉਹ ਚੀਜ਼ ਹੋ ਨਹੀਂ ਸਕਦੀ That's what she said. And there's about 100-150 students, so dead, so bacha sun rahe. So then I put my hand up, and she was quite rude to the Christian and the Muslim. So main hath khada kita, ta main kahna just ask something, kahna. Ta main the question puchya to the lady. So my question was that when we send a text message, we don't see a text message flying, kahna. It's sending a message to somebody. It's unseen, unseen. Jadon when we are warming something in a microwave. ਨਹੀਂ ਦਿਸਦਾ ਯੂ ਡੋਂਟ ਸੀ ਦ ਵੇਵਸ ਵਾਰਮਿੰਗ ਦ ਫੂਡ ਅਪ ਉਹ ਗਰਮ ਹੁੰਦਾ ਨਹੀਂ ਦਿਸਦਾ ਵੈਨ ਯੂ ਸਮਬਡੀ ਇਜ਼ ਵਾਚਿੰਗ ਨਿਊਜ਼ ਔਰ ਵਾਚਿੰਗ ਸਮਥਿੰਗ ਔਨ ਸਕਾਈ ਯੂ ਡੋਂਟ ਸੀ ਦ ਐਕਟਰਸ ਜੰਪਿੰਗ ਫਰੋਮ ਦ ਸਕਾਈ ਇਨ ਟੂ ਯੋਰ ਟੀ ਵੀ ਇਜ਼ ਗਨ ਔਰ ਡਨ ਵਾਇਸ ਸੈਟਲਾਈਟ ਐਂਡ ਐਕਚੁਲੀ ਗੋਜ਼ ਵਾਇਸ ਸਪੇਸ ਸਪੇਸ ਵਿੱਚ ਜਾ ਕੇ ਸਾਨੂੰ ਚੈਨਲ ਮਿਲਦੇ ਆ ਨਹੀਂ ਦਿਸਦਾ ਸੋ ਇਹਦਾ ਮਤਲਬ ਹੈ ਦਸ ਅਨਡਿੱਠੀ ਦੁਨੀਆ ਇਨ ਐਕਚੁਲੀ ਆਰ ਐਵਰੀਡੇ ਲਾਈਫ ਨਿਤ ਜੀਵਨ ਵਿੱਚ ਦੇਰ ਇਜ਼ ਐਕਚੁਲੀ ਥਿੰਗਸ ਵਿੱਚ ਯੂ ਕਾਂਟ ਸੀ ਵਿੱਚ ਐਗਜ਼ਿਸਟ ਠੀਕ ਹੈ ਜੀ ਸੋ ਦੈਟ ਟੋਟਲੀ ਗੋਜ਼ ਅਗੇਂਸਟ what she was saying. There's examples go on. Hon ek cheez ya, so Gurbani mentions andithi duniya, unseen world where jo assi eh akha de naal with these eyes we cannot see. There's a full universe, ek world ya, of spirit world and a world beyond that as well. Ta one thing is that when Gurbani mentions about death, when Gurbani talks about the afterlife, jadon Gurbani maut te agge de galla karde ya, some people say that actually Gurbani idda de galla nahi karde, ta Maharaj ne udda andaaje vich likhiyan. Maharaj has just estimated these things, has just guessed these things and so on. Those people who do not see Guru Nanak Dev Ji as the embodiment of God himself, jere Parmeshwar roop nahi Guru Nanak nu samjhde, kehnde udda andaaje naal likhiyan hai. So what does Gurbani tell us? ਪਰਮੇਸ਼ਰ ਕਹਿ ਦੁਆਰੇ ਜੇ ਹੋਏ ਬਤੀਤੇ ਸੋ ਨਾਨਕ ਆਖ ਸੁਣਾਵੇ ਜੋ ਮੈਂ ਵੇਖਿਆ ਵਟ ਹੈਵ ਸੀਨ ਐਟ ਦ ਹਾਊਸ ਆਫ ਵਾਹਿਗੁਰੂ ਦੱਸ ਵਟ ਆਈ ਐਮ ਟੈਲਿੰਗ ਯੂ ਇਹ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਗੁਰੂ ਨਾਨਕ ਜੀ ਵਾਹਿਗੁਰੂ ਕਮ ਇਨ ਔਨ ਦਿਸ ਅਰਥ ਐਂਡ ਦ ਗੁਰੂ ਫੋਰਮ ਐਂਡ ਟੋਲਡ ਅਸ ਐਗਜੈਕਟਲੀ ਵਟਸ ਗੋਇੰ ਟੂ ਹੈਪਨ ਕੀ ਹੋਣਾ ਆ ਸੋ ਦੱਸ ਆਓ ਵਿਸ਼ਵਾਸ ਆ ਬਿਲੀਫ ਔਨ ਗੁਰਬਾਣੀ ਇਜ਼ 100% ਟਰੂਫ ਐਂਡ ਵੈਨ ਇਟਸ ਮੈਂਸ਼ਨਿੰਗ ਅਬਾਊਟ ਡੈਥ ਇਨ ਦ ਬਿਯੋਂਡ ਦੀਜ਼ ਆਰ ਨੋਟ ਜਸਟ ਮੇਅਰ ਗੈਸਿਸ ਔਰ ਦੀਜ਼ ਆਰ ਥਿੰਗਸ ਵਿਚ ਪ੍ਰੋਬੇਬਿਲਿਟੀਜ਼ ਇਜ਼ ਐਕਚੁਅਲੀ ਰਿਐਲਿਟੀ ਸੱਚ ਆ ਜੋ ਮਹਾਰਾਜ ਲਿਖਦੇ ਆ ਬੋਲੋ ਵਾਹਿਗੁਰੂ ਸੋ ਇਜ਼ ਡੈਥ ਦੀ ਐਂਡ ਕੀ ਮੌਤ ਅੰਤ ਹੈ ਐਂਡ ਯੂ ਪ੍ਰੋਬਬਲੀ ਓਨ ਨੋ ਆਫ ਦ ਸਟੋਰੀ ਆਫ ਭਗਤ ਸਿੰਘ ਜਦੋਂ ਭਗਤ ਸਿੰਘ ਦੇ ਫਰੀਡਮ ਫਾਈਟਰ ਮੀਟਸ ਭਾਈ ਸਾਹਿਬ ਭਾਈ ਰਣਧੀਰ ਸਿੰਘ ਦ ਗ੍ਰੇਟ ਸੇਂਟ ਵਾਰੀਅਰ ਐਂਡ ਫਰੀਡਮ ਫਾਈਟਰ ਆਫ ਦ 20th ਸੈਂਚਰੀ ਤਾਂ ਉਸ ਸਮੇਂ ਵੀ ਭਗਤ ਸਿੰਘ ਐਡਮਿਟਸ ਟੂ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਕੋਰਡਿੰਗ ਟੂ ਭਾਈ ਸਾਹਿਬ ਆਟੋਬਾਇਓਗ੍ਰਾਫੀ ਫਿਰ ਉਹ ਕਹਿੰਦਾ ਫਿਰ ਹੀ ਵਾਜ਼ ਐਕਚੁਲੀ ਬਿਕੇਮ ਐਥੀਸਟਿਕ ਨਾਸਤਕ ਬਣ ਚੁੱਕਾ ਸੀ ਭਗਤ ਸਿੰਘ ਤਾਂ ਉੱਥੇ ਮੌਤ ਦੀਆਂ ਗੱਲਾਂ ਚੱਲਦੀਆਂ ਆ ਦੇ ਟੋਕ ਅਬਾਊਟ ਡੈਥ ਐਂਡ ਉਹਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਇੱਕ ਚੀਜ਼ ਭਗਤ ਸਿੰਘ ਨੂੰ ਉਹਨੂੰ ਪੱਕਾ ਕਰਾ ਦਿੰਦਾ ਹੀ ਐਕਚੁਲੀ ਇੰਸਟਿਲਸ ਇਨ ਇਜ਼ ਮਾਇੰਡ ਭਗਤ ਸਿੰਘ ਦੈਟ ਵੀ ਨੈਵਰ ਡਾਈ ਬੰਦਾ ਕਦੀ ਮਰਦਾ ਨਹੀਂ ਈਵਨ ਦੋ ਯੂ ਗਨ ਮੀ ਹੰਗ ਤੈਨੂੰ ਫਾਂਸੀ ਮਿਲਣੀ ਆ ਯੂ ਨੈਵਰ ਡਾਈ ਮਰਨਾ ਨਹੀਂ ਕਦੀ ਸੋ ਵਟ ਡਾਈ ਸੋ ਅਕੋਰਡਿੰਗ ਟੂ ਗੁਰਮਤ
in we can come to the conclusion that there is not just one body, ek sharir ni. There's one is physical body, you know, can there astool sharir, this one which we're going to see, which is made of flesh and blood. Haddiyan da banneya, maas da banneya, jere sada eh pinjra ya, this cage, physical cage of the body, that this is called astool sharir. Okay. So then the next one is invisible body, which is called sukham sharir, or you can call ghost body as well. ਜਿਹੜਾ ਵਨ ਸੰਬੜੀ ਸੈਜ਼ ਆਈਵ ਸੀਨ ਅ ਗੋਸਟ, ਉਹ ਕੋਈ ਦੇਖਦਾ, ਐਂਡ ਯੂ ਸੀ ਅ ਫਿਜ਼ੀਕਲ ਪਰਸਨ, ਜਦੋਂ ਕੋਈ ਬੰਦਾ ਕਿਸਦੇ ਰੂਹ ਵੇਖਦਾ, ਪ੍ਰੇਤ ਵੇਖਦਾ ਆ, ਤਾਂ ਉਹ ਸ਼ਕਲ ਦਿਸਦੀ ਆ, ਤਾਂ ਦਾ ਉਹ ਬੀ ਦ ਸੂਖਮ ਬੋਡੀ. ਐਂਡ ਲਾਸਟਲੀ ਯੂ ਹੈਵ ਦ ਆਤਮਾ, ਉਹ ਯੂਡ ਸੇ ਵਿਦ ਵਿਜਮ ਵਿਚ ਇਜ਼ ਦ ਜੋਤ, ਦ ਲਾਈਟ ਵਿਚ ਹੈਜ਼ ਨੋ ਬੋਡੀ. ਸੋ ਇਨਵਿਜ਼ਿਬਲ ਬੋਡੀ, ਫਿਜ਼ੀਕਲ ਬੋਡੀ, ਐਂਡ ਜੋਤ ਰੂਪ, ਉਹ ਆਤਮਾ ਰੂਪ, ਮੀਨਸ ਦ ਲਾਈਟ ਫੋਰਮ. ਸੋ ਆਈ ਰਿਮੈਂਬਰ when talking about death, Gurbani ਦੀ ਇੱਕ ਪੰਕਤੀ ਆਉਂਦੀ ਆ, ਜੋ ਜਮ ਆਏ ਕੇਸ ਗਹਿ ਪਟਕੈ ਤਾ ਦਿਨ ਕਿਸ਼ਨਾ ਵਸਾਏਗਾ, ਪੰਕਤੀ ਆਉਂਦੀ ਹੈ. ਸੋ ਮਹਾਰਾਜ ਸਾਹਿਬ ਜੋ ਜਮ ਆਏ, ਜਮ ਮੀਨਸ ਮੈਸੈਂਜਰ, ਜਮਦੂਤ ਆਉਣਗੇ, ਜਮਦੂਤ, ਜਮ ਦੇ ਫਰਿਸ਼ਤੇ, ਮੌਤ ਦੇ ਫਰਿਸ਼ਤੇ, ਦ ਏਂਜਲਸ ਆਫ ਡੈਥ ਵਿਲ ਕਮ. ਜੋ ਜਮ ਆਏ ਕੇਸ ਗਹਿ ਪਟਕੈ, ਇਹਦਾ ਮਤਲਬ ਕੀ ਆ, ਕੇਸਾਂ ਤੋਂ ਫੜਕੇ, ਦੇ ਗ੍ਰੈਬ ਯੂ ਬਾਈ ਦ ਹੈਅਰ ਐਂਡ ਦੇ ਆਰ ਡਰੈਗ ਯੂ, ਦ ਏਂਜਲ ਆਫ ਡੈਥ, ਜਮਦੂਤ ਕੇਸਾਂ ਤੋਂ ਪਕੜ ਕੇ ਤੁਹਾਨੂੰ ਲੈ ਕੇ ਜਾਣਗੇ. ਜੋ ਜਮ ਆਏ ਕੇਸ ਗਏ ਪਟ ਕੇ ਤਾ ਦਿਨ ਕਿਸ਼ਨਾ ਵਸਾਏਗਾ, ਉਸ ਦਿਨ ਨਥਿੰਗ ਵਿਲ 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 ਏਬਲ ਟੂ ਟੂ ਸੇਵ ਯੂ. ਹੁਣ ਮੈਂ ਕਿਸੇ ਨਾਲ ਵਿਚਾਰ ਕਰਦਾ ਸੀ, ਵਨਸ ਏ ਹੂ, ਤਾਂ ਉਹ ਜਿਹੜਾ ਵੀਰ ਸੀ ਉਹਦੇ ਕੇਸ ਹੈ ਨਹੀਂ ਸੀ, ਠੀਕ ਹੈ ਜੀ, ਅੱਜ ਕੱਲ੍ਹ. ਸੋ ਇਜ਼ ਅ ਬ੍ਰਦਰ ਹੂ ਹੈਡ ਨੋ ਹੈਅਰ, ਹੈ ਨਾ, ਹੀ ਹੈਡ ਕੱਟ ਹੈਅਰ. And he said, ਮੈਂ ਤਾਂ ਐਡਵਾਂਟੇਜ ਵਿੱਚ ਆ, ਆਈ ਐਮ ਐਡਵਾਂਟੇਜ ਟੂ ਯੂ, ਹੈ ਨਾ. ਜਮਦੂਤ ਆਉਣਗੇ ਤਾਂ ਤੁਹਾਡੇ ਨੂੰ, ਸਿੰਘਾਂ ਨੂੰ ਫੜਨਗੇ ਜਮਦੂਤ, 10-15 ਕੇਸ, ਦ ਪੀਪਲ ਆਫ ਲੌਂਗ ਹੈ, ਦ ਮੈਸੇਂਜਰ ਡੈਫ ਵਿਲ ਗ੍ਰੈਬ ਦੈਮ, ਪਰ ਦੋਜ਼ ਯੂ ਡੋਂਟ ਹੈਵ, ਯੂ ਨੋ, ਸਕਿਨ ਹੈਡ ਓਰ ਸਮਥਿੰਗ, ਯੂ ਨੋ, ਜੇ ਬਿਲਕੁਲ ਗੰਜਾ ਬੰਦਾ ਹੋਵੇ, ਚਲੋ ਬਹੁਤ ਵਧੀਆ ਗੱਲ ਆ, ਫਿਰ ਜਮਦੂਤ ਤੁਹਾਨੂੰ ਕਿੱਦਾਂ ਫੜਨਗੇ, ਜੇ ਕਹਿੰਦਾ ਨਾ 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 ਜੀ, ਖੋ ਗ੍ਰੈਬ ਮੀ, ਹੈ ਨਾ, ਤਾਂ ਜਮਦੂਤ ਕਹੇ ਯਾਰ ਇਹਨੇ ਕੇਸ ਨਹੀਂ ਰੱਖੇ, ਹੈ ਨਾ. ਤਾਂ ਮੈਂ ਵੀ ਬੜੇ ਚੱਕਰ 'ਚ ਰਿਹਾ ਯਾਰ, ਮੈਂ ਕਿਹਾ ਫਿਰ ਜਵਾਬ, ਮੈਨੂੰ ਉਦੋਂ ਨਹੀਂ, ਮੈਨੂੰ ਆਂਸਰ ਨਹੀਂ ਮਿਲਿਆ, ਮੈਂ ਕਿਹਾ, ਹੈ ਨਾ. ਦੈਨ ਆਈ ਵਾਜ਼ ਲਿਸਨਿੰਗ ਟੂ ਗੁਰਮਤ ਵਿਚਾਰ, ਗਿਆਨੀ ਸੰਤ ਸਿੰਘ ਮਸਕੀਨ ਦੀ ਵਿਚਾਰ ਸੀ ਮੌਤ ਬਾਰੇ, ਲੌਂਗ ਟਾਈਮ ਅਗੋ, ਐਂਡ ਉਹਦੇ ਵਿੱਚ ਵੀ ਮੈਨੂੰ ਸਮਝ ਆਈ ਸੀ. ਦੈਨ ਉਹਨਾਂ ਨੇ ਬੜਾ ਸੋਹਣਾ ਸਮਝਾਇਆ ਸੀ ਅਬਾਊਟ ਦ ਡਿਫਰੈਂਟ ਬੋਡੀਜ਼. ਫਿਰ ਮੈਨੂੰ ਪਤਾ ਲੱਗ ਨਾ, ਐਕਚੁਲੀ ਦਿਸ ਇਜ਼ ਦ ਫਿਜ਼ੀਕਲ ਬੋਡੀ, ਹੈ ਨਾ. ਫਿਜ਼ੀਕਲ ਬੋਡੀ ਯੂ ਮਾ ਹੈਵ ਅ ਸਕਿਨ ਹੈਡ, ਤੁਸੀਂ ਬਸ਼ੱਕ ਗੰਜੇ ਹੋ ਕੇ, ਯੂਵ ਕੱਟ ਯੋਰ ਹੈਡ, ਨਾ, ਯੂਵ ਗੋਟ ਨੋ ਹੈਅਰ, ਹੈ ਨਾ, ਓਫ ਯੂ ਹੈਵ ਈਵਨ ਸਮ ਸੋਰਟ ਮੈਡੀਕਲ ਕੰਡੀਸ਼ਨ ਦੈਟ ਯੂਵ ਗੋਟ ਨੋ ਹੈਅਰ. ਪਰ ਇਹ ਜਦੋਂ ਗੱਲ ਹੁੰਦੀ ਹੈ ਜੋ ਜਮ ਆਏ ਕੇਸ ਗਏ ਪੱਟ ਕੇ, ਕਿਹਨਾਂ ਦੀ ਗੱਲ ਹੋ ਰਹੀ, ਕਿਹੜੀ ਬੋਡੀ ਦੀ, ਸੁਖਮ. ਦਿਸ ਇਜ਼ ਟੋਕਿੰਗ ਅਬਾਊਟ ਦ ਇਨਵਿਜ਼ਿਬਲ ਬੋਡੀ, ਐਂਡ ਫਰੋਮ ਦ ਫੋਰ ਦ ਇਨਵਿਜ਼ਿਬਲ ਬੋਡੀ ਯੂ ਕਾਨਟ ਗੋ ਟੂ ਹੇਅਰ ਡਰੈਸਰਸ ਔਰ ਬਾਰਬਰਸ, ਉਹ ਨਾ ਹੀ ਉੱਥੇ ਨਹੀਂ, ਉਹ ਬੋਡੀ ਦੇ ਨਹੀਂ ਕੇਸ ਕੱਟ. ਫਰੋਮ ਦ ਇਨਵਿਜ਼ਿਬਲ ਵਿਚ ਇਜ਼ ਯੋਰ ਫੁੱਲ ਸਾਬਤ ਸਰੂਪਤ ਰੂਪ, ਉਹ ਫਰੋਮ ਦ ਦੱਸ ਉਹਦਾ ਜਮਜੂਤ ਫੇ. ਸੋ ਵੀ ਨੈਵਰ ਡਾਈ, ਇਹ ਤੋਂ ਰਚਨ ਰਚਿਆ ਕਰਤਾਰ. ਸੋ ਵਾਹਿਗੁਰੂ ਇਜ਼ ਮੇਡ ਦਿਸ ਕ੍ਰੀਏਸ਼ਨ, ਇਹ ਮਹਾਰਾਜ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਆ. ਆਵਦ ਜਾਵਤ ਹੁਕਮ ਪਾਰ ਵੀ ਖਮਨ ਗੋ ਅਕੋਰਡਿੰਗ ਟੂ ਇਸ ਹੁਕਮ, ਨਾ ਕੋ ਮੂਆ ਨਾ ਮਰਨ ਹੈ ਜੋ, ਕੋਈ ਬੰਦਾ ਮਰ ਨਹੀਂ ਸਕਦਾ ਨਾ ਮਰਨ ਜੋਗਾ ਆ. ਨੋ ਵਨ ਕੈਨ ਡਾਈ, ਨੋ ਵਨ ਇਜ਼ ਕੈਪੇਬਲ ਆਫ ਡਾਇੰਗ, ਬਹੁਤ ਵੱਡੀ ਗੱਲ ਆ. ਸੋ ਦੈਨ ਕਮਸ ਟੂ ਆਰ ਦ ਗੁਰਮਤ ਪਰਸਪੈਕਟਿਵ, ਅਕੋਰਡਿੰਗ ਟੂ ਦ ਗੁਰੂਜ਼ ਟੀਚਿੰਗਸ, ਹੈਵ ਵੀ ਡੀਲ ਵਿਦ ਡੈਫ, ਦੈਨ ਦਿਸ ਇਜ਼ ਹਾਊ ਇਟ ਅਫੈਕਟਸ. ਨੈ ਬਿਨ ਸੇ ਅਬਨਾਸ਼ੀ ਹੋਗ, ਜਿਹੜੀ ਆਤਮਾ ਆ, ਦ ਇਨਵਿਜ਼ਿਬਲ, ਦਿਸ ਦ ਜੋਤ ਰੂਪ, ਦ ਸੋਲ, ਇਟ ਨੈਵਰ ਡਾਈਜ਼, ਅਬਨਾਸ਼ੀ ਹੋਗ, ਇਸ ਇਮਪੈਰਿਸ਼ਬਲ, ਇਹ ਕਦੀ ਖਤਮ ਨਹੀਂ ਹੋ ਸਕਦੀ ਹੈ. ਸੋ ਕੀਪ ਦੈਟ ਇਨ ਮਾਇੰਡ, ਦੈਟਸ ਦ ਗੁਰਮਤ ਪਰਸਪੈਕਟਿਵ, ਦੈਟ ਦ ਸੋਲ ਨੈਵਰ ਡਾਈਜ਼ ਐਂਡ ਇਟ ਲਿਵਸ ਔਨ, ਐਂਡ ਦ ਕੰਟੀਨਿਊ, ਦ ਜਰਨੀ ਕੰਟੀਨਿਊ. ਸੋ ਵਟ ਹੈਪਨਸ ਆਫਟਰ? ਸੋ ਅਕੋਰਡਿੰਗ ਟੂ ਗੁਰਬਾਣੀ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਗੌਰੀ ਰਾਗ, ਤਾਂ ਮਾਰਗਨ ਢਾਏ ਮਰੋਲੀ ਲੁੱਟਿਆ ਦੁਹਿਰਾ, ਸਾਤਨ ਪਕੜੀ ਏਕ ਜਨਾ. ਸਾਰੇ ਬੋਲੋ, ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ. ਸੋ ਇਹ ਕਿਹੜੀ ਚੀਜ਼ ਢਾਈ ਗਈ? ਵਟ ਹੈਜ਼ ਬੀਨ ਡਿਮੋਲਿਸ਼ਡ ਇਸ ਦ ਹਾਊਸ, ਘਰ. ਕਿਹੜੇ ਘਰ ਦੀ ਗੱਲ ਕਰਦੇ ਆ? ਸਰੀਰ, ਦ ਬੋਡੀ ਹਾਊਸ. ਦ ਬੋਡੀ ਹਾਊਸ ਇਨ ਹਾਊਸ ਸੰਬੜੀ, ਇਸ ਘਰ ਵਿੱਚ ਕੋਈ ਰਹਿੰਦਾ ਆ, ਅਤੇ ਇਸ ਘਰ ਵਿੱਚ ਕੌਣ ਰਹਿੰਦਾ ਆ?
soul, Atma Rindi, the soul lives in this house. So Guru Nanak Dev Ji Maharaj tells us that when the body house is demolished, then what happens? The person who lives in the house, then they have to get out. Imagine, say, excuse me, you're being evicted, we're gonna demolish your house. They have to get out. So when the soul leaves the body, then what happens? Maharaj tells us, then that the soul is grabbed. And again, Maharaj says that the five thieves, the five the sensory organs, some people believe that it's the sensory, the senses. They leave us, which made us commit all sins. Jam danda gal sangar padaya paag gaye se panch jana. Jere panch see the five vices, or some interpreters of five sensory organs, panch vakar vi keh ja tusi keh sakde panch ke gyan indri keh lende hai, oh bhaj jande hai, that they leave us, but only the soul goes, sirf atma jandi hai, and is taken by the angel of death. Maut da farishta jamdoot leke chal jande hai. So jamdoot this, so again, so who, the question is, jamdoot jeraya, jamdoot kinnu leke janda? Who does the angels of death take? Theek hai ji, hun assi sawal puchhe Guru Granth Sahib ji, I now believe that there are angels of death, jamdoot hai, but who does the angels of death, jamdoot kinnu leke jande, who do the angels of death take? So according to Gurbani, Guru Ram Das Ji says, man kar hala tu meet mera pakhand lob tajai, bolo ji, पाखंड लोभी मारिए जमदंड देह सजाए, अच्छा, so according to this शब्द, so who does जमदूत take? केरा बंदा जमदूत लेके जाते हैं? What's the criteria? Criteria की है? पता लगा? हाँ जी, हाँ जी, अभी पखंडी, ठीक है जी, so one is पाखंड लोभ तजाए, जरा बंदा पखंडिया, person who is a hypocrite or a false person, and the lobby, a greedy person, they are struck down by the message of death. हम अगला सवाल होगा, so there is the people, the criteria is that you are hypocrite or you are false, and secondly you are greedy, जरा लोबी बंदा या, हम जरा second सवाल है, we want to ask Guru Granth Sahib Ji, would be what? नहीं, कोई नहीं सवाल आया? कि अगला सवाल की पूछोगे गुरु ग्रंथ साहब जी ने, हाँ ठीक है ना, वेरी गुड. व्हाट हैपेंस द अदर वन, जे दीज द वंस जो जमदूत ठाइक, सतगुरु भी सानू समझा दियो फिर किदा दे बंदे आ जेरे नहीं लेके जांदे जमदूत, विच पीपल, व्हाट्स द क्राइटेरिया फॉर समवन हु इज नॉट टेकन बाय द जमदूत, द एंजल्स ऑफ डेथ. तमारे सेंस, मन कर हला वट भागिया तू ज्ञान रतन संभाल, बोलो जी, गुर ज्ञान खड़ग हाथ तारिया जम माड़िया जम काल. सो who is not taken, कौन ही लेके जाते, किहड़े बंदे आ who are not taken? हाँ जी, गुरु का ज्ञान जिन्हां को वटभागी है, अच्छा, बोलो वाहेगुरु. सो इहदे विच वटभागी किहड़े आ? जिन्होंने ज्ञान रतन संभाल, द फॉर्चुनेट वंस हु ज्ञान रतन संभाल, ज्ञान मीन्स नॉलेज, नॉट एनी नॉलेज, जिन्होंने ज्ञान, जिन्होंने गुरु का ज्ञान, द मैसेज ऑफ द गुरु विच इज़ ए डायमंड, रतन संभाल, उन्होंने संभाल के रखा है, ते विन श्राइंड संभाल के रखा, दे डिडंट लेट गो, हाथ में छड़िया नहीं, दे कैप्ट विद दैम टू द लास्ट मोमेंट, अंत स्वासा तक दे कैप्ट द गुरु सिखी विद दैम. तो मार कहते गुरु ज्ञान खड़ग हाथ तारे, इतने की गल आंदा, द खड़ग, द सोड, इतने नाम की गल आ, द नाम विच वॉज गिवन टू अस बाय द पांच प्यारे, उन्होंने जप जप के इज़ बिकम अ सोड, बाय चांटिंग द नेम ऑफ द गॉड इज बिकम अ सोड. ऐसा खड़ग, गुरु ज्ञान खड़ग हाथ धारिया, वैन वी जप नाम, एज पांच प्यार हैव इंस्ट्रक्टेड अस, द की होंदा या, द सोड, द स्पिरिचुअल सोड मेक श्योर दैट नो जमदूत कम्स नियर यू, दैट नो मैसेंजर डेथ कैन कम नियर यू. वैसे महाराज का जरा नाम का जरा खंडा आ, वह ऐसी उरी ताकत आ, फिर जमदूत उत्तों उत्ते नेड़े नहीं आ सकते. सो दैट्स द क्राइटेरिया. सो ये सू पता, वी शुड बी थिंकिंग कि मैनू नाम मिले,
Have I been to the Panch Pyare? If I've had a naam, main Panch Pyare da mar sakya ve Guru Sahib to, have I actually japt naam? Theek hai ji, eh vi sochan di gal. Have I actually, main sambhal liya vi hai, have I looked after it? Bolo Waheguru. Moving on, because topic ko vadda main thoda ja short vich rakhna, ke main ek so story share karni si at the end, theek hai ji. So, after we die, what happens? Theek hai ji? And if we look at Sri Jabji Sahib, which is the a bani which is a fundamental for every Sikh, and it's part of our daily prayers apna nitnem da ek hissa ya. So in Sri Jabji Sahib it talks about khands jehde khand hunde ya, you can translate to mean realm, jagah aisiyan jagah ya. They are not physical places where the what's the physical body called? Very good, shabash. Astool. A astool sreer wari jagani. It's not for the physical body. Ejri jagaya is where the souls are progress to in the world beyond. So there are five places. These are spiritual places. E jagawa hagya. But there are some vidwans, some scholars in the panth, jo innu avastava samadeya. They believe these are states of mind. Some people believe these are places. E jagawaya. These are spiritual realms. And there are some who believe they are both. E dono avastaviya and e jagavi. Where the souls go to. So, according to Sri Jabji Sahib, the first khand is Taram Khand. So, Taram Khand, which, who's in Taram Khand? Taram Khand, which, ki hunda? Hanji? Taram Khand, which, ki hunda? The clue is in the Pangati. Mm-hmm. Taram Raj is there, okay? So, who is Taram Raj? We'll do a bit of a chat on him. So, when I was younger, I've never heard the word Taram Raj. Short in the Mac of the Sunani Sitaram Raj Kone. Only the university game, my Marshakala, see the mere favorite part of Sitaram Raj Kone. I never heard of Taram Raj. When I went to university, many others, someone's got Taram Raj, Taram Raj, Jamdut, Minujam Dutavani Patasmek Pataniki, Jamdut, was Jamdut, and Taram Raj, Amarshakas and Patanisi. And the path which I met when I went reading Gurbani, okay, that means this. And I'll explain afterwards why I had some misunderstandings because of the company ka jehde main sangat karda si unna de vichar thore different si main baad te unna gal karunga. So Taram Raj is an angel, ek farishta keh sakde thora je, just to understand in our worldly language, theek hai ji, devta vi keh sakde ha. So Taram Raj, his job is to deliver justice, and according to Sri Jabji Sahib, in Taram Khand is a realm where the souls go, atmamo te jande te karmi karmi hoye vichar sacha aap Sacha Darbar. So utthe ki hunde sade karm jere ya, the karm utthe vache jande, our actions are judged. Changiyaiyan, buriyaiyan, vache taram hadu, good and bad is judged there. Theek hai ji? So, and his court is true, and his darbar, he is true, and his court is true. Vaheguru is true, and his court is true. Dunya di adalat vich, in a worldly court, someone can make a mistake. And people want to see evidences. Saboot dekhna ja, nahi, kithe, what's the judge based his judgment on? Because the judge could be false, he could make a mistake. Na? He could make, pullandanda sahab ko, polagur ko, polagur. But in this court, no one needs to give any evidences. What is delivered is truth. Theek hai ji? Bolo Waheguru. So when we arrive there, every soul has to come to Taram Khand. But Taram Khand de vich, the there's a fast track system to understand in a worldly sense. Thoda samjhan de ek koshish ya. So imagine everybody, all other passports in one direction, and they have to go through customs. Theek hai ji? Unna di checking chooking hundi ya, they have to go through these checks, and utthe utthe time. It's much like India, that you be utthe te kaafi checking chooking pehla ho jandi si na. So kadi suitcase khol lo, aa ki ya, fulana ki ya, tusi do ke shehar kyun le aande ya, panch kyun nahi le aande na, ek odda kuch checking chooking jaldi kar sakde ya. But what happens is also a Gurmukh passports, those who have dedicated their lives to the Guru, Gurmukh. Gurmukh is a fast track. What happens is that they go to Taram Raj, but they bypass Taram Raj. So, why do they bypass Taram Raj? So, Maharaj kende Guru Arjan Dev Ji, chitr gupt sab likhte lekha. Sorry, bolo. Pagat janako drishtna pekha. Hon gal question A, how does Taram Raj judge us?
ਕੋਈ ਸਾਹਮਣੇ ਕੋਈ ਫਾਈਲ ਹੋਵੇਗੀ ਸਾਡੀ, ਵੇਅਰ ਇਜ਼ ਅ ਫਾਈਲ ਕਮ ਫਰੋਮ? ਸੋ ਅਕੋਰਡਿੰਗ ਟੂ ਗੁਰਬਾਣੀ ਦੇਰ ਇਜ਼ ਅਨਦਰ ਐਂਜਲ. ਹੁਣ ਇਹ ਵੀ ਆ, ਦੇਰ ਇਜ਼ ਦੋ ਇਹਦੇ 'ਚ ਪਰਸਪੈਕਟਿਵਸ ਆ, ਦੋ ਇਹਦੇ 'ਚ ਓਪੀਨੀਅਨ ਹੈਗੇ ਆ. ਵਨ ਇਜ਼ ਦੈਟ ਦ ਚਿੱਤਰ ਗੁਪਤ ਇਜ਼ ਟੂ ਡਿਫਰੈਂਟ ਪੀਪਲ, ਦੋ ਇਹ ਫਰਿਸ਼ਤੇ ਕਹਿ ਸਕਦੇ ਆ, ਦੇਰ ਟੂ ਐਂਜਲਸ, ਠੀਕ ਹੈ, ਚਿੱਤਰ ਐਂਡ ਗੁਪਤ. ਦ ਅਦਰ ਵਿਚਾਰ ਇਜ਼ ਐਕਚੁਲੀ ਦੈ ਵਨ ਇਜ਼ ਵਨ, ਚਿੱਤਰ ਗੁਪਤ ਇੱਕ ਦਾ ਨਾਮ ਆ, ਠੀਕ ਹੈ ਜੀ. ਸੋ ਚਿੱਤਰ ਗੁਪਤ ਸਭ ਲਿਖਤੇ ਲਿਖਾ, ਦ ਜੋਬ ਆਫ ਦ ਚਿੱਤਰ ਗੁਪਤ ਐਂਜਲ ਇਜ਼, ਤਾਂ ਇਹ ਲਿਖਾ ਲਿਖਦਾ ਹੈ. That it writes the deeds. You can say that with you, there's a chip which is continually writing. Sara kuch likh ho raha hai, theek hai ji. And but mag bhagat na ko drisht na pekha, but when the devotees of Vaheguru, jo bhagat jan darbar ch janda hai, when he goes to Dharmaraj in that direction, that nothing is looked at. Nothing's looked at, bypass ho jande hai, theek hai ji. So nothing's looked at, it's overlooked. Nahi kuch file nahi koi dekhda. Bolo Vaheguru. Just a quick one. Achha, you know, imagine if you press delete on your laptop hove to ode ch koi files ya to delete kar dete, theek hai ji. And you're very clever, tonu pata mummy dad ko password vi hega laptop da, theek hai ji. You're very clever, you know, mom dad can see, go on the internet, they can browse. Aajkal mummy daddy vi hoshiyar ho gaye na, mummy daddy vi pata lag gaya to mummy daddy internet history pad lande, they can go for your internet history. And they can even go to your inbox, email inbox, and they know where the trash file is, so the trash can is. So trash which we email kar sakde, retrieve kar sakde na, edda mummy daddy ke hai gaya. Bolo Vaheguru. Not from my personal experience, by the way. So imagine you delete everything on your laptop. Files delete kar dete, emails deleted, you delete your email browse, your history of internet browsing, sara kuch delete kar deta ya, theek hai ji. Can anybody ever find out what you had on the laptop? Kadi koi banda ko lab sakda laptop ch ki si pal? Yes. The police can. What the police do is they take your laptop le jande ya. But no, you deleted it. But no, they get it from the motherboard, no? Motherboard ch sara kuch save. Everything you delete still gets saved. Crazy, isn't it? Everything you it still gets saved. This is just about this laptop, what about in here? Itthi gal, oh my god, kinna crazy hai na. Everything we do, we have deleted. Asi apne walo delete kar liya, that we don't think about that anymore. But everything is being recorded. And this record, which is being recorded of every action, deed, everything we are doing, thinking, and actions, is being recorded and chitra gup and is presented. And that lekha, that account is presented to Dharmaraj. Chika ji? Bolo Vaheguru. Okay. So, ਬਾਣੀ ਸੈਜ਼ ਨਾਨਕ ਜੀ ਉਪਾਇਕ ਹੈ ਲਿਖਣ ਲਾਵੇ ਧਰਮ ਬਹਾਲਿਆ. ਸੋ ਵੈਨ ਦ ਸੋਲਸ ਵਰ ਮੇਡ, ਧਰਮ ਰਾਜ ਇਜ਼ ਓਲਸੋ ਮੇਡ. ਧਰਮ ਰਾਜ ਵਾਹਿਗੁਰੂ ਜੀ ਨੇ ਬਣਾਇਆ. ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਚੁੱਕਾ ਆ, ਤਾਂ ਆਈ ਹੈਡ ਸਮ ਡਿਫਰੈਂਟ ਵਿਊਜ਼ ਅਬਾਊਟ ਧਰਮ ਰਾਜ ਵੈਨ ਮਾਈ ਅੰਡਰਸਟੈਂਡਿੰਗ ਵਨ ਆਈ ਵਾਜ਼ ਗਰੋਇੰਗ ਅਪ. ਤਾਂ ਆਈ ਰਿਮੈਂਬਰ ਵਨਸ ਆਈ ਵਾਜ਼ ਗੋਇੰਗ ਟੂ ਦਿਸ ਸਟੱਡੀ ਫੋਰਮ ਆਈ ਗੁਰਦੁਆਰਾ ਸਾਹਿਬ. ਤਾਂ ਉੱਥੇ ਵਿਚਾਰ ਹੁੰਦੀ ਸੀ, ਦੇ ਹੈਵ ਅ ਡਿਸਕਸ਼ਨ ਅਬਾਊਟ ਗੁਰਬਾਣੀ ਕੋਨਸੈਪਟ, ਇਜ਼ ਕੁਆਇਟ ਗੁੱਡ, ਵਧੀਆ ਸੀ ਉਹਦਾ, ਮਤਲਬ ਗੁਰਬਾਣੀ ਦੇ ਕੋਨਸੈਪਟ 'ਤੇ ਵਿਚਾਰ ਕਰ ਦਿੰਦੇ ਸੀ, ਇੰਜੋਏਬਲ ਹੁੰਦਾ ਸੀ. ਆਈ ਵਾਜ਼ ਓਨਲੀ ਯੰਗ ਦੈਨ, ਆਈ ਵਾਜ਼ ਪ੍ਰੋਬਲੀ ਅਬਾਊਟ 10-11 ਈਅਰਸ ਓਲਡ ਪਰਹੈਪਸ, 10-11 ਸਾਲ ਦਾ ਸੀ ਮੈਂ. ਲਾਈਕ ਕਰਦੇ ਸੀ, ਸਿਆਣੇ ਹੁੰਦੇ ਸੀ. ਆਈ ਵਾਜ਼ ਇੰਜੋਏ ਡੂਇੰਗ ਐਲਡਰਸ ਸੰਗਤ ਕੰਪਨੀ, ਸਿਆਣੇ ਦੀ ਸੰਗਤ ਕਰਨੀ ਮੈਂ ਹਮੇਸ਼ਾ ਇੰਜੋਏ ਕਰਦਾ ਹੁੰਦਾ ਸੀ. ਤਾਂ ਰਿਮੈਂਬਰ ਵੰਸ ਦੇ ਵਾਜ਼ ਵਿਚਾਰ ਔਨ ਧਰਮ ਰਾਜ. ਤਾਂ ਕਹਿੰਦੇ ਸਰ ਵਟਸ ਦ ਰੋਲ ਆਫ ਧਰਮ ਰਾਜ, ਕੀ ਕਹਿ ਚੁੱਕੇ ਆ, ਵਟਸ ਦ ਜੋਬ ਆਫ ਧਰਮ ਰਾਜ ਇਜ਼ ਟੂ ਜੱਜ ਕਹਿ ਲੈਣ, ਸੋਕਾ ਬਣਾ ਦੇ ਜੱਜ ਆ ਨਾ. ਧਰਮ ਰਾਜ ਇਜ਼ ਦ ਜੱਜ, ਦ ਡਿਵਾਈਨ ਜੱਜ, ਦ ਐਂਜਲ ਜੱਜ. ਐਨੀਬਡੀ ਥਿੰਕ ਵੈਰੀ ਕੁਇਕਲੀ, ਇਨ ਯੋਰ ਬੋਡੀ ਵਿਚ ਫੈਕਲਟੀ ਜੱਜਿਸ, ਤੁਹਾਡੇ ਬੋਡੀ ਵਿੱਚ ਕਿਹੜੀ ਚੀਜ਼ ਆ ਜਿਹੜੀ ਧਰਮ ਰਾਜ ਦੀ ਡਿਊਟੀ ਵੀ ਨਿਭਾਉਂਦਾ ਆ, ਉਹ ਜੱਜ ਕਰਦਾ ਅਤੇ ਕੀ ਚੰਗਾ ਕੀ ਬੁਰਾ ਆ ਅਤੇ ਨਿਰਣਾ ਕਰਦਾ, ਇਨੀ ਮੇਕਸ ਅ ਡਿਸੀਜਨ, ਹੈ ਨਾ. ਵਸੇ ਕੋਲ ਆਤਮਾ, ਹਾਂਜੀ, ਬ੍ਰੇਨ, ਮਾਇੰਡ. ਅੱਛਾ, ਦ ਵਨ ਆਈ ਵਾਜ਼ ਥਿੰਕਿੰਗ ਆਫ ਵਿਚ ਦੇ ਮੈਂਸ਼ਨ ਇਨ ਵਾਜ਼ ਜ਼ਮੀਰ, ਯੋਰ ਕੌਨਸ਼ੀਅੰਸ. ਜਿਹੜੀ ਬੰਦੇ ਦੇ ਜ਼ਮੀਰ ਆ, ਕਹਿੰਦੇ ਮਾਈ ਕੌਨਸ਼ੀਅੰਸ ਡਜ਼ ਨਾਟ ਅਲਾਊ ਮੀ, ਠੀਕ ਹੈ. ਜ਼ਮੀਰ ਜੱਜ ਕਰਦੀ ਨਾ, ਇਟ ਜੱਜ ਇਜ਼ ਅ ਸਿਚੁਏਸ਼ਨ, ਤਾਂ ਮੇਰੀ ਜ਼ਮੀਰ ਕਹਿੰਦਾ ਇਜ਼ ਗੁੱਡ, ਦੱਸ ਬੈਡ, ਹੈ ਨਾ. ਓਕੇ, ਨਾ ਆਈ ਵਾਜ਼ ਟੋਲਡ ਦਿਸ ਦੈਟ ਦਿਸ ਨੋ ਸੱਚ ਥਿੰਗਸ ਆਰ ਜਮਦੂਤ, ਦੇ ਆਰ ਨੋ ਏਂਜਲਸ ਆਫ ਡੈਥ. ਕਹਿੰਦਾ ਅੱਛਾ, ਪੁੱਤ ਬਾਹਰ ਨਹੀਂ ਜਾਣਾ, ਠੀਕ ਹੈ ਜੀ. ਸਨ ਚਾਇਲਡ, ਯੂ ਨੋਟ ਟੂ ਗੋ ਆਊਟਸਾਈਡ. ਹਨ ਇਮੈਜਿਨ ਇਫ ਯੂਰ ਚਾਇਲਡ ਇਜ਼ ਨੋਟੀ, ਬੱਚਾ ਕਹਿਣਾ ਨਹੀਂ ਮੰਨਦਾ, ਫਿਰ ਮਾਵਾਂ ਕੀ ਕਹੋਗੀ, ਬਾਹਰ ਕਿਉਂ ਨਹੀਂ ਜਾਣਾ, ਕਿਉਂਕਿ ਬਾਹਰ ਕੌਣ ਹੈ, ਹੀ ਇਜ਼ ਆਊਟਸਾਈਡ. ਇਨ ਦ ਇੰਗਲਿਸ਼ ਵਰਜ਼ਨ ਇਜ਼ ਬੁਗੀ ਮੈਨ, ਐਂਡ ਇਨ ਪੰਜਾਬੀ ਵਰਜ਼ਨ ਇਜ਼ ਪੱਬੂ ਬਾਹਰ ਆ, ਹੈ ਨਾ. ਪੱਬੂ ਐਂਡ ਬੁਗੀ ਮੈਨ, ਬੁਗੀ ਮੈਨ ਕਹਿੰਦੇ ਨਾ ਇੰਗਲਿਸ਼ ਨਹੀਂ ਕਹਿੰਦੇ,
Everybody looking very confused at me. Achha, perhaps it's just my childhood. Achha, Waheguru. Waheguru. Sare bolo Waheguru. Achha, Pabbu aa gaya, the boogeyman's come or a monster's come is outside. But really, there's no monster. Sachi Pabbu ta hai ni. Bachche nu kyun keha Pabbu baar aya? Bachche nu? Drone vaaste kehna man la, just to scare the child that please accept what mom's saying. So similar, someone explained to me that in Gurbani, the Jamdus is angels of death and you know, this Dharmaraj judging us. Is sara kush jiddan ni maa kandi pabbu aage, idda maharaj ka chalo put me, jay to udda ni banda banda, chalo mein tano dra danda. I'll just scare you. Jamdus ne aaj na, Jamdus hi yonde, Waheguru, Waheguru, Waheguru. Chakan de really, they don't really exist, udda ni hunde. That's what I was told. Both sare saal I believed that. Mai believe karta reha, okay? That they, these things don't exist and it's your conscience. Theek hai? Dharmara todi conscience hai. Chitragupt, anyone realize what's Chitragupt? Ha. Chitragupt ki hai? Mera Gurinder power la de. Laptop de power. Bolo Waheguru. Chitragupt, anyone guess if Dharmaraj is conscience, na? Dharmaraj zameer hogi hai. Ta unna de khayal anusar Chitragupt kaun hai in the body? Memory? Huh. The subconscious mind. Right? Subconscious which records everything. Superconscious, which records, you know. And sometimes we don't realize. But it's stored. Bolo Waheguru. One day, I was at home. And I decided that I was just going to do some kirtan. This is when I was young. And Amrit Kirtan Pothi Undiya, there's a book which has Shabds, which has the holy writings of Guru Granth Sahib, which you can sing. And so I opened this up, and the first Shabd which came up, the last line is, Jo Harka Pyara, so Sabna Ka Pyara, Hor Keti Chak Chak Aave Jaya, no? A Shabd. And I think it's one line above that, Ek line upar diya, above that, in the same Shabd, this line comes. ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇਰ ਨਾਵੇ ਸਾਰੇ ਬੋਲੋ ਹੁਣ ਮੇਰੇ ਮਾਈਂਡ ਵਿੱਚ ਇਸ ਕ੍ਰੇਜ਼ੀ ਬਟ ਐਕਚੁਅਲੀ ਮਾਈ ਮਾਈਂਡ ਹੈ ਡਸ ਧਰਮ ਰਾਜ ਰੀਲੀ ਐਗਜ਼ਿਸਟ ਇਜ਼ ਇਟ ਕੌਣ ਹੈ ਧਰਮ ਰਾਜ ਮੇਰੇ ਮਨ ਚ ਫੁਰਨਾ ਸੱਚੀ ਆਇਆ ਸੀ ਇਸ ਧਰਮ ਰਾਜ ਰੀਲੀ ਆਰ ਕੌਨਸ਼ੀਅਸ ਬਿਕਾਜ਼ ਕ੍ਰੇਜ਼ੀ ਬਿਕਾਜ਼ ਆਈਸਿਸ ਇਜ਼ ਕੌਨਸ਼ੀਅਸ ਦ ਮੁਸਲਿਮਸ ਇਨ ਸਿਰੀਆ ਦੇਅਰ ਕੌਨਸ਼ੀਅਸ ਐਕਚੁਅਲੀ ਟੈਲਸ ਦੈਮ ਦੈਟ ਐਨੀਬਡੀ ਹੂ ਡਸਨਟ ਫੋਲੋ ਦੇਅਰ ਬਲੀਫ ਸ਼ੁਡ ਬੀ ਕਿਲਡ ਜੋ ਸਾਡੇ ਨਾਲ ਸਹਿਮਤ ਨੂੰ ਮਾਰ ਦਿਓ ਸਮਵਨ ਕੌਨਸ਼ੀਅਸ ਟੈਲਸ ਕਿਸੇ ਦੇ ਜ਼ਮੀਰ ਕਹਿੰਦੀ ਦੈਟ ਡਰਿੰਕਿੰਗ ਐਲਕੋਹਲ ਇਜ਼ ਫਾਈਨ ਐਂਡ ਯੂ ਸ਼ੁਡ ਡਰਿੰਕ ਐਲਕੋਹਲ ਸਮਵਨ ਕੌਨਸ਼ੀਅਸ ਟੈਲਸ ਦੈਮ ਦੈਟ ਇਜ਼ ਓਕੇ ਟੂ ਈਟ ਮੀਟ ਸਮਵਨ ਕੌਨਸ਼ੀਅਸ ਸੈਜ਼ ਦੈਟ ਇਜ਼ ਰੋਂਗ ਟੂ ਈਟ ਮੀਟ ਸਮਵਨ ਕੌਨਸ਼ੀਅਸ ਟੈਲਸ ਪੀਪਲ ਇਜ਼ ਓਕੇ ਟੂ ਅਟੈਕ ਸਮਬਡੀ ਸਮਵਨ ਸੈਜ਼ ਇਟਸ ਨਾਟ ਸੋ ਇਹਦਾ ਮਤਲਬ ਸਾਰੇ ਜ਼ਮੀਰ ਇੱਕੋ ਜਿਹੇ ਨਹੀਂ ਐਵਰੀਬਡੀਜ਼ ਕੌਨਸ਼ੀਅਸ ਇਜ਼ ਨਾਟ ਦ ਸੇਮ ਬੋਲੋ ਵਾਹਿਗੁਰੂ ਵਾਹਿਗੁਰੂ ਇਹ ਵੀ ਮਰ ਗਿਆ ਵਾਹਿਗੁਰੂ ਮੌਤ ਦਾ ਟੌਪਿਕ ਸਿਰ ਵੀ ਭੋਗ ਪੈ ਗਿਆ ਵਾਹਿਗੁਰੂ ਚਲੋ ਅੱਜ ਕੱਲ੍ਹ ਹਾਂ ਅੱਛਾ ਚਲੋ ਦੇਖਦੇ ਹਾਂ ਬੋਲੋ ਵਾਹਿਗੁਰੂ 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 ਇਹ ਬਿਲਕੁਲ ਹੀ ਮਰ ਗਿਆ ਜੇ ਥੋੜ੍ਹਾ ਮਰਿਆ ਬਸ ਵਧਾਈਆਂ ਸਾਰਿਆਂ ਨੂੰ ਜੀਵਤ ਹੋ ਗਿਆ ਅੱਛਾ ਸੀ ਮੈਂ ਗੱਲ ਕੀ ਕਰਦਾ ਸੀ ਮੈਂ ਭੁੱਲ ਗਿਆ ਸੀ ਕੀ ਕਰਦਾ ਸੀ ਅੱਛਾ ਐਵਰੀਬਡੀ ਹੈਜ਼ ਏ ਡਿਫਰੈਂਟ ਕੌਨਸ਼ੀਅਸ ਠੀਕ ਹੈ ਜੀ ਸੋ ਇਟ ਡਜ਼ਨਟ ਮੇਕ ਸੈਂਸ ਫੋਰ ਦੈਟ ਕੌਨਸੈਪਟ ਸੋ ਇਹਦਾ ਮਤਲਬ ਸੱਚ ਇੱਕ ਆ ਜਾਂ ਬਹੁਤ ਡਿਫਰੈਂਟ ਵਰਜ਼ਨਸ ਆਫ ਸੱਚ ਹੋ ਸਕਦਾ ਸੱਚ ਦੇਖੋ ਦੇ ਕੈਨ ਬੀ ਵਨ ਟਰੂਥ ਦੇ ਕੈਨ ਬੀ ਡਿਫਰੈਂਟ ਵਰਜ਼ਨਸ ਆਫ ਦ ਟਰੂਥ ਦੇ ਕੈਨ ਓਨਲੀ ਬੀ ਵਨ ਟਰੂਥ ਐਂਡ ਇਟ ਦਾ ਸੇਮ ਥਿੰਗ ਦੈਟ ਵਾਟ ਇਜ਼ ਰਾਈਟ ਐਂਡ ਰੋਂਗ ਕੈਨ ਓਨਲੀ ਬੀ ਵਨ ਜੋ ਸੱਚ ਇਹਦਾ ਸ਼ਰਾਬ ਪੀਣੀ ਠੀਕ ਹੈ ਜਾਂ ਗਲਤ ਆ ਜਾਂ animal sacrifice is correct or is wrong. They can't be, no, no, it's true for them, but it's false for them. Inale satya, but inale chutya. Bolo Waheguru. Waheguru. So the Shabd was, Taram Raya hai. Mere maan chaya, just Taram Raj really exists. Phir main khole pothi, and he said, Taram Raya hai. Matra ki yo siddha. What does it mean? That Taram Raj exists. Hai. Manveer Singh hai ga? Hai, hai, hai ga, hai. Then, ਅੱਗੇ ਸਵਾਲ ਆਉਂਦਾ ਜੇ ਹੈਗਾ ਆ ਤਾਂ ਕਿੰਨੇ ਬਣਾਇਆ ਹੂ ਮੇਡ ਹਿਮ ਅੱਗੇ ਕੀ ਆਨਸਰ ਕੀ ਆ ਹਰ ਕਾ ਕੀ ਆ ਵਾਹਿਗੁਰੂ ਮੇਡ ਹਿਮ ਗੋਡ ਮੇਡ ਹਿਮ ਦੈਨ ਨੈਕਸਟ ਕੁਐਸਚਨ ਆਈ ਹੈਡ ਇਨ ਮਾਈ ਮਾਈਂਡ ਵਾਸ ਹੂ ਹੈਜ਼ ਟੂ ਗੋ ਬਿਫੋਰ ਹਿਮ ਉਹਦੇ ਅੱਗੇ ਕੌਣ ਕੌਣ ਹੈ ਹੂ ਹੈਜ਼ ਟੂ ਗੋ ਬਿਫੋਰ ਹਿਮ ਉਹਦੇ ਅੱਗੇ ਪੇਸ਼ ਹੋਣਾ ਪੈਂਦਾ ਹੈ ਤਾਂ ਮਹਾਰਾਜ ਕੀ ਕਹਿੰਦੇ ਆ ਹਰ ਜਨ
ਜੇ ਤੂੰ ਰੱਬ ਦਾ ਬਣ ਜੋ ਹੈ, ਜੇ ਤੂੰ ਸੇਵਕ, ਯੂ ਬਿਕਮ ਦ ਡਿਵੋਟੀ ਆਫ ਗੋਡ, ਯੂ ਡੋਂਟ ਨੀਡ ਟੂ ਗੋ ਨੇ ਹਿਮ. ਠੀਕ ਹੈ ਜੀ, ਬੋਲੋ ਵਾਹਿਗੁਰੂ. ਸੋ ਅੱਗੇ ਗੁਰੂ ਨਾਨਕ ਪਾਤਸ਼ਾਹ ਇਨ ਮੋਰ ਡੀਟੇਲ, ਦਿਸ ਮੈਨੀ ਸ਼ਬਦ, ਆਈ ਜਸਟ ਪਿਕਡ ਵਨ ਟੂ ਸ਼ਬਦ, ਸੈਕਰਡ ਸ਼ਬਦ. ਮਹਾਰਾਜ ਕਹਿੰਦੇ, ਨਾਨਕ ਆਖੇ ਰੇ ਮਨਾ ਸੁਣੀਆ ਸਿੱਖ ਸਹੀ. ਓ ਮਾਇੰਡ ਲਿਸਨ, ਹੁਣ ਇਹ ਸੱਚੀ ਸਿੱਖਿਆ ਮੈਂ ਦੱਸਣ ਲੱਗਾ ਤੁਹਾਨੂੰ. ਦ ਟਰੂ ਟੀਚਿੰਗਸ ਕੀ ਆ? ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ. ਵਹੀ ਕੀ ਹੁੰਦਾ? ਲਿਖਣ ਵਾਲਾ, ਸਲੇਟ ਕਹਿ ਲਓ, ਜਾਂ ਰਾਈਟਿੰਗ, ਸਮ ਟੂ ਰਾਈਟ ਸਮਥਿੰਗ. ਸੋ ਵਾਹਿਗੁਰੂ, ਲੇਖਾ ਰੱਬ ਮੰਗੇਸੀਆ, ਵਾਹਿਗੁਰੂ ਹੈਜ਼ ਓਪਨਡ ਐਨ ਅਕਾਊਂਟ, ਐਨ ਅਕਾਊਂਟ ਟੂ ਬੀ ਰੈਡ. ਤਲਬਾ ਪੋਸਣ ਆ ਕੇ ਆ, ਬਾਕੀ ਜਿਨ੍ਹਾਂ ਰਹੀ. ਮਹਾਰਾਜ ਸੇਜ਼, ਦੋਜ਼ ਰੈਬਲਸ ਯੂ ਹੈਵ ਅਨਪੇਡ ਅਕਾਊਂਟਸ ਬੀ ਕੋਲਡ ਆਊਟ. ਜਿਨ੍ਹਾਂ ਕੋ ਮਾਈਨਸ ਵਿੱਚ ਚੱਲ ਗਏ ਆ, ਜਿਨ੍ਹਾਂ ਨੇ ਉਹਨਾਂ ਦਾ ਲੈਣਾ ਦੇਣਾ ਰਹਿੰਦਾ ਆ, ਉਹਨਾਂ ਨੂੰ ਸਾਹਮਣੇ ਪੇਸ਼ ਹੋਣਾ ਪੈਣਾ. ਇਜ਼ਰਾਈਲ ਫਰਿਸ਼ਤਾ ਹੋਸੀ ਆਇਤ ਹੀ, ਐਂਡ ਇਜ਼ਰਾਈਲ, ਇਜ਼ਰਾਈਲ ਇਜ਼ ਦ ਨੇਮ ਆਫ ਦੀ ਏਂਜਲ, ਦ ਆਰਕ ਏਂਜਲ, ਦ ਮੇਨ ਏਂਜਲ ਆਫ ਡੈਥ. ਐਂਡ ਮਹਾਰਾਜ ਸੇਜ਼ ਦ ਇਜ਼ਰਾਈਲ, ਦ ਏਂਜਲ ਆਫ ਡੈਥ ਸ਼ੁਡ ਬੀ ਅਪੋਇੰਟਡ ਟੂ ਪਨਿਸ਼ ਦੈਮ. ਮਹਾਰਾਜ ਗੋਜ਼ ਔਨ, ਆਵਣ ਜਾਣ ਸੁੱਜੀ ਭੀੜੀ ਗੱਲੀ ਫਹੀ, that they will find no way of escaping and going in reincarnation, they are trapped in a narrow path. Kuran kutte nanaka orak sach rahi. The Mara says that falsehood will come to fail and the truth will prevail. So many shabds tarm raya jab lekha mange kya mukh leke jayega. When you go before tarm raj, the angel judge, what face will you show? Why? Because Tarm Raj ne ek sawal puchna hai. Tarm Raj is going to ask us a question. What's the question going to be? And just because you take an amrit doesn't mean necessarily you become gurmukhs, by the way. Gurmukh ke dari mul on amrit chak karpan pali to gurmukh ban gaye. Amrit veli utthe ni, naam japya ni, guru da hukm ni manya. We haven't followed the guru's teachings and we say that we expect to get the gurmukh passport, hai na, slightly, you know, we don't know, you know, there's a bit of a risk there, hai na. Bolo wahe guru. So what will happen? What will Tarm Raj ask us? ਕੀ ਕਰਕੇ ਆਇਆ? ਫਰੀਦਾ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ. ਬੋਲੋ ਜੀ. ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ? ਸੋ ਮਹਾਰਾਜ ਵਿਲ ਆਸਕ ਅਸ, ਕਹਿੰਦੇ ਆ, ਦਾ ਬਾਬਾ ਫਰੀਦ ਜੀ ਸੈਜ਼ ਦ ਆਵਰਸ ਆਫ ਦ ਡੇ ਆਰ ਲੋਸਟ ਰਨਿੰਗ ਆਊਟ. ਤੂੰ ਚਾਰ ਗਵਾਇਆ ਹੰਡ ਕਹਿ, ਤੂੰ ਘੁੰਮਦਾ ਫਿਰਦਾ ਟਾਈਮ ਪਾਸ ਕਰ ਲੈਣਾ. ਕਦੀ ਉੱਥੇ ਟਿਮ ਹੋਟਲ ਚੱਲ ਗਏ, ਟਿਮ ਹੋਟਲ ਸੀ ਕਿਤੇ, ਚੌਫੀਆਂ ਪੀਂਦੇ ਲੁੱਕੀ, ਹੈ ਨਾ. ਹਾਂ, ਬੋਲੋ ਵਾਹਿਗੁਰੂ. ਕਦੇ ਉੱਥੇ ਘੁੰਮ ਫਿਰ ਲਿਆ, ਸਮੂਦੀ ਪੀ ਲਈ, ਤਾਂ ਟਾਈਮ ਪਾਸ ਕਰ ਲਿਆ. ਤਾਂ ਕਦੀ ਕਿੱਥੇ ਚੱਲ ਗਏ, ਹੈਂਗ ਇਨ ਆਊਟ. ਬੋਲੋ ਵਾਹਿਗੁਰੂ. ਤਾਂ ਬਾਅਦ ਵਿੱਚ ਮਾਰ ਕਹਿੰਦੇ, ਹੁਣ ਚਾਰ ਗਵਾਇਆ ਸ਼ਾਮ, ਮਤਲਬ ਸੌ ਕੇ ਸਲੀਪੀ ਟਾਈਮ, ਉਹ ਕਿੰਨਾ ਵੇਸਟ ਕਰ ਲਿਆ. ਹੁਣ ਮਾਰ ਕਹਿੰਦੇ, ਲੇਖਾ ਰੱਬ ਮੰਗੇਸੀਆ ਤੋਂ ਆਇਆ ਕਿ ਤੋਂ ਆਓ ਕਿਹੜੇ ਕੰਮ? ਦਾ ਦੈਨ ਆਫਟਰਸ ਵਾਹਿਗੁਰੂ ਆਸਕਸ, ਦਾ will ask you for account, that what have you done with your life, why, what was the object of your life. For example, bolo vaheguru, koi business wala, someone's given you an investment, imagine someone's given you $1 million, $1 million you've been given, and they send you, they said, with $1 million I want you to go to the USA, America jaake tusi koi business karna, to do some business there. So when you come back to Canada, what do you expect the person who's given you the $1 million to ask? What you do with it, right? Because it is money, okay? So when we say tan man tan sab somp gur ko, tan means body, man means mind, and tan tadde naal wealth. Which wealth do we have to give to the guru? Everything. Acha, bolo wahe guru. Par ਅੱਛਾ, ਮੈਂ ਵੀ ਕਦੀ ਸੋਚਦਾ ਸੀ ਵੀ ਕਿਹੜੀ ਵੈਲਫ ਦੀ ਗੱਲ ਕਰਦੇ ਨਾ. ਫਿਰ ਮੈਂ ਕਿਹਾ, ਮਹਾਰਾਜ ਆ ਲੈ, ਮੇਰਾ ਬਟੂਆ ਲੈ ਕੇ, ਹੈ ਨਾ, ਮੈਂ ਆਉਣਾ ਗਾ, ਮੈਂ ਵਾਲੇ ਆਓ ਐਂਡ ਗਿਵ ਇਟ ਟੂ ਮਹਾਰਾਜ, ਦਿਸ ਇਜ਼ ਓਲ ਯੋਰਸ, ਹੈ ਨਾ. ਤਾਂ ਉਹ ਤਾਂ ਅੱਗੇ ਹੋਰ ਵਾਹਿਗੁਰੂ ਜੀ ਦਾ, ਤਾਂ ਵਿੱਚ ਵਨ ਇਜ਼ ਆ ਵਾਹਿਗੁਰੂ, ਕਿਹੜੀ ਧਨ? ਕਹਿੰਦੇ ਤੂੰ ਉਹਨੂੰ ਸੌਂਪ, ਤੂੰ ਸੌਂਪ ਨਹੀਂ ਰਿਹਾ. ਜਿਸ ਗੁਰੂ ਗ੍ਰੰਥ ਸਾਹਿਬ ਜੀ ਨੀਡ ਆਵਰ ਮਨੀ, ਪਰ ਵਨ ਥਿੰਗ ਗੁਰੂ ਗ੍ਰੰਥ ਸਾਹਿਬ ਕਹਿੰਦੇ, ਪੁੱਤ ਤੂੰ ਦੇ ਆਓ, ਮੇਕ ਐਵਰੀ ਸਵਾਸ ਐਵਰੀ ਬੈਥ ਵਰਫ ਵਾਇਲ. ਸਵਾਸ ਦਿੱਤੇ ਸੀ, ਇਹ ਪੂੰਜੀ, ਦ ਵੈਲਫ ਆਫ ਆਰ ਬ੍ਰੈਥਸ ਵਾਜ ਗਿਵਨ, ਐਂਡ ਵੈਨ ਦ ਵਨ ਯੂ ਗੇਵ ਅਸ ਦੀਸ ਬ੍ਰੈਥਸ, ਵੈਨ ਵੀ ਡਾਈ, ਵਾਹਿਗੁਰੂ ਆਸਕ ਅਸ, ਆਈ ਗੇਵ ਯੂ ਦਿਸ ਵੈਲਫ ਆਫ ਦ ਬ੍ਰੈਥਸ, ਵਟ ਯੂ ਡੂ ਵਿਦ ਇਟ, ਐਂਡ ਵਟ ਵੁੱਡ ਯੂ ਸੇ? ਬੋਲੋ ਵਾਹਿਗੁਰੂ, ਵਾਹਿਗੁਰੂ. ਓਕੇ, ਸੋ ਆਫਟਰ ਤਾਰਮ ਰਾਜ ਦੀ ਦਰਗਾਹ, ਦ ਵੇਅਰ ਕੈਨ ਵੀ ਪੋਸੀਬਲੀ ਗੋ? ਦ ਪੋਸੀਬਲੀ ਕਲੂ ਦ
It could be hell or heaven, according to one thing. That's one thing which comes to people's mind. So after going to Tara Maharaj, some people say that hell and heaven, is there hell and heaven? Ki swarg narak hunda ya? We believe in reincarnation. Asi mande ya janam mande gair de vich. So Gwani says, Kabir Sorg Narakate Meh Rayo Satgur Ke Parsad Charan Kamal Ki Mauj Meh Raho Ant Arad. So according to Gurbani, Bhagat Vijay says, I've been spared from heaven and hell. Meh Swarg Te Narak To Minu Bachaya Gaya Ya. Kyo Bachaya Gaya? What did he receive? Why was he spared hell and heaven? Satgur Ke Parsad with the Guru's grace. Guru Di Kirpa ਨਰਕ ਤੋਂ ਸਵਾਲ ਤੋਂ ਮੈਨੂੰ ਬਚਾਇਆ ਗਿਆ ਚਰਨ ਕਮਲ ਕੀ ਮੌਜ ਮੇ ਰਹੋ ਅੰਤ ਅਰ ਆਦ ਹੁਣ ਮੈਂ ਮੌਜ ਵਿੱਚ ਰਹਿੰਦਾ ਆਈ ਸਟੇ ਇਨ ਐਵਰ ਜੋਏ ਇਨ ਦ ਲੋਟਸ ਫੀਟ ਆਫ ਗੁਰੂ ਇਨ ਦ ਪ੍ਰੈਜੈਂਸ ਆਫ ਮਾਈ ਗੁਰੂ ਠੀਕ ਹੈ ਜੀ ਬੋਲੋ ਵਾਹਿਗੁਰੂ ਹੁਣ ਕੋਈ ਬੰਦਾ ਕਹਿੰਦਾ ਅਸੀਂ ਨਹੀਂ ਪਰਵਾਹ ਮੰਨਦੇ ਗਵਰਨਮੈਂਟ ਦੀ ਅਸੀਂ ਨਹੀਂ ਮੰਨਦੇ ਉਹਨਾਂ ਨੇ ਵੀ ਡੋਂਟ ਬਿਲੀਵ ਇਨ ਦ ਗਵਰਨਮੈਂਟ ਡਸ ਦੈਟ ਮੀਨ ਦ ਗਵਰਨਮੈਂਟ ਡਸਨਟ ਐਗਜ਼ਿਸਟ ਦੇ ਡੂ ਐਗਜ਼ਿਸਟ ਬਟ ਯੂ ਗਾਟ ਨੋ ਡੀਲਿੰਗਸ ਵਿਦ ਦੈਮ ਠੀਕ ਹੈ ਜੀ ਸਾਨੂੰ ਨਹੀਂ ਅਸੀਂ ਨਹੀਂ ਕੋਈ ਪਰਵਾਹ ਕਰ ਅਸੀਂ ਨਹੀਂ ਮੰਨਦੇ ਉਹਨਾਂ ਨੇ ਵੀ ਡੋਂਟ ਬਿਲੀਵ ਇਨ ਦੈਮ ਮੀਨਿੰਗ ਯੂ ਹੈਵ ਨੋ ਡੀਲਿੰਗਸ ਵਿਦ ਦੈਮ ਦੈਟਸ ਵਾਈ ਦੇਰ ਇਜ਼ ਅ ਮਿਸਕਨਸੈਪਸ਼ਨ ਇਨ ਸਮ ਬੁੱਕਸ ਐਂਡ ਇਨ ਦ ਇੰਟਰਨੈਟ ਦ ਸਿੱਖੀ ਡਜ਼ ਨੋਟ ਬਿਲੀਵ ਇਨ ਹੈਲਸ ਐਂਡ ਹੈਵਨਸ ਪਲੋਰਲ ਆ ਹੈਲਸ ਐਂਡ ਹੈਵਨਸ ਤਾਂ ਇਹ ਅਸੀਂ ਮੰਨਦੇ ਨਹੀਂ ਫਿਰ ਸਵਰਗ ਨਰਕ ਹੈਗੇ ਆ ਐਂਡ ਦੇ ਵਿਲ ਮੈਂਸ਼ਨ ਦੀਸ ਸ਼ਬਦਸ ਬਟ ਐਕਚੁਲੀ ਵਾਟ ਵੀ ਸੇਇੰਗ ਇਜ਼ ਦ ਸਿੱਖ ਹੈਜ਼ ਨੋ ਡੀਲਿੰਗਸ ਵਿਦ ਦੈਮ ਬੋਲੋ ਵਾਹਿਗੁਰੂ ਸੋ ਵੈਰੀ ਕੁਇਕ 15 ਮਿੰਟ ਆਪਾਂ ਨੂੰ ਹੈਗੇ ਆ So who goes to hell and heaven? Squal puchhe Guru Granth Sahib ji who will go? Narak swarg nu kaun janda aa? Ta mar kande anak tapasya kare ahankar bolo ji. Narak swarg fir avatar. Acha kaun janda aa? Who will go to hells and heavens? Swarg da narak de gher vich kaun jaunga? Who will go for the cycle of going to hells and heavens? Person who has ego. ਤਪੱਸਿਆ ਵੀ ਕੀਤੀ ਅਨਕ ਤਪੱਸਿਆ ਕਰੇ ਅਹੰਕਾਰ ਦੇ ਮਾਈ ਡਨ ਲੋ ਵਿਲੇਜਸ ਐਕਟਸ ਬਟ ਦੇ ਹੈਡ ਈਗੋ ਐਜ਼ ਲੌਂਗ ਐਜ਼ ਯੂ ਹੈਵ ਈਗੋ ਯੂ ਆਰ ਸੈਪਰੇਟ ਯੂ ਹੈਵ ਨੋਟ ਕਿਲਡ ਯੂ ਹੈਵ ਨੋਟ ਡਿਸੋਲਵਡ ਯੂਰਸੈਲਫ ਖਿਲ ਜੋ ਈਗੋ ਐਂਡ ਟੂ ਮਰਜ ਐਂਡ ਬਿਕਮ ਡਿਸੋਲਵਡ ਇਨ ਵਾਹਿਗੁਰੂ ਇਨਟਿਲ ਦੈਟ ਪੁਆਇੰਟ ਗੁਰੂ ਸਾਹਿਬ ਸੇਜ਼ ਯੂ ਵਿਲ ਕਮ ਐਂਡ ਗੋ ਇਨ ਹੈਲਸ ਇਨ ਹੈਵਨ ਨਰਕ ਤੇ ਸਵਰਗ ਵਿੱਚ ਬੰਦਾ ਜਾਂਦਾ ਰਹਿੰਦਾ ਆ ਬੋਲੋ ਵਾਹਿਗੁਰੂ ਅੱਗੇ ਇੱਕ ਹੋਰ ਪੰਕਤੀ ਆ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਜਬ ਲੱਗ ਮੋਹ ਮਗਨ ਸੰਗ ਮਾਹੇ ਬੋਲੋ ਜੀ ਤਬ ਲੱਗ ਧਰਮ ਰਾਏ ਦੇਹ ਸਜਾਏ ਸੋ ਮਹਾਰਾਜ ਸੈਜ ਦਾ ਯੂ ਵਿਲ ਕੰਟੀਨਿਊ ਬੀਂਗ ਪਨਿਸ਼ਡ ਐਂਡ ਬਰੋਟ ਬਿਫੋਰ ਧਰਮ ਰਾਜ ਦੇ ਤੇਰੇ ਸਾਹਮਣੇ ਪੇਸ਼ੀ ਹੁੰਦੀ ਰਹੋਗੀ ਜਿੰਨਾ ਚਿਰ ਤੂੰ ਤੇਰੇ ਵਿੱਚ ਕੀ ਨਹੀਂ ਮਾਇਆ ਦਾ ਨਸ਼ਾ Until the attachment and intoxication to the world has not ended, you will continue coming before Taramraj. Taramraj, tere samne teri peshi hondi rahogi, jinna char tak tere vich maya da nasha aya, tera maya da tera moh hega, you have attachment. Bolo Vaheguru. Okay, so what happens in hell? ਕਈ ਬੰਦੇ ਕਹਿੰਦੇ ਨੇ ਕੋਈ ਨਰਕ ਦੀ ਗੱਲ ਲਿਖੀ ਨਹੀਂ ਗੁਰਬਾਣੀ ਦੇ ਵਿੱਚ ਦੇਖਦੇ ਵਟ ਇਜ਼ ਗੁਰਬਾਣੀ ਸੈਡ ਅਬਾਊਟ ਹੈਲ ਪਰਹੈਪਸ ਵੀ ਸਹੀ ਦਾ ਬਿਕੋਜ਼ ਸਾਨੂੰ ਡਰ ਹੁੰਦਾ ਕੁਝ ਜਿੱਦਾਂ ਦੇ ਅਸੀਂ ਕਰਮ ਕੀਤੇ ਆ ਸ਼ਾਇਦ ਸਾਨੂੰ ਇਹ ਨਾ ਹੋਵੇ ਸਾਨੂੰ ਜਾਣਾ ਪਏ ਕਹਿ ਦੇ ਹੈ ਹੀ ਨਹੀਂ ਦੈਟ ਦੇ ਡਜ਼ਨਟ ਐਗਜ਼ਿਸਟ ਬੋਲੋ ਵਾਹਿਗੁਰੂ ਫਰੀਦਾ ਮੌਤੇ ਦਾ ਬੰਨਾ ਏਵੇਂ ਦਿਸੈ ਜਿਉ ਦਰਿਆਵੇ ਢਾਹਾ ਅੱਗੇ ਦੋਜਕ ਤੱਪਿਆ ਸੁਣੀਐ ਹੂਲ ਪਵੈ ਕਹਾ ਦੋਜਕ ਇਜ਼ ਅਨਦਰ ਵਰਡ ਫੋਰ ਹੈਲ The different words in Gurbani used for hell, what's one word? Narak. Another one is? Dojuk. Then Dozuk is in how it's pronounced in Arabic. And the words used for heaven, ek swargya, another one is? Baikunth. Bolo Vaheguru. So Baba Farid ji says, in Farid, the show, the banna, of death looks like the river bank being eroded away taha jida ek darya de banne a oh tande oh hor peeri bani jande is because more narrow and agge mara says agge doj tappya sunya hul pave kaha beyond the burning hell you hear cries loka de chika sundiyan a agge guru arjan dev says nark korbe dukh kane akirt kana ka than in the most horrible hell that they're suffering and utte kaun janda aa akirt kana ka than ungrateful people jinna ne rab da shukrana nahi kita tin prab mare nanaka hoye mohe haram they are struck down by god oh nanak and they die a most horrible death bolo wahe guru hun thora je hor se sochi hai when we say heaven what do we mean
ਸਵਰਗ ਦਾ ਮਤਲਬ ਹੈ ਸੁੱਖ, ਤਾਂ ਫਿਰ ਨਰਕ ਦਾ ਮਤਲਬ ਕੀ ਹੋ ਗਿਆ? ਦੁੱਖ। ਹੈਵਨ ਮੀਨਸ ਜੋਏ, ਹੈਲ ਮੀਨਸ ਸਫਰਿੰਗ। ਠੀਕ ਹੈ, ਇਹਨਾਂ ਸੌਖਾ ਬਣਾ ਦਿਆ। ਹਾਂਜੀ, ਕੋਈ ਸਵਾਲ ਪੁੱਛ? ਅੱਛਾ, ਬੋਲੋ ਵਾਹਿਗੁਰੂ। ਹੁਣ ਦਿਸ ਇਜ਼ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਹਿਊ ਇਜ਼ ਇਨ ਇੰਡੀਆ ਇਨ ਪ੍ਰਿਜ਼ਨ। ਯੂ ਕੈਨ ਸੀ ਸ਼ੈਕਲਸ, ਹੱਥ ਕੜੀਆਂ ਲੱਗੇ, ਸੰਗਲ ਲੱਗੇ ਆ, ਓਕੇ, ਐਂਡ ਹੀ ਇਜ਼ ਬੀਨ ਟੋਰਚਰਡ ਇਜ਼ ਵੈਲ। ਬਟ ਦ ਸਮਾਇਲ ਔਨ ਹਿਸ ਫੇਸ, ਜੋ ਉਹਨਾਂ ਦੇ ਮੂੰਹ 'ਤੇ ਮੁਸਕਰਾਹਟ ਆ, ਸਹਿਜ ਸਾਡੇ ਚਿਹਰਿਆਂ 'ਤੇ ਨਹੀਂ ਦਿਸਦੀ। ਠੀਕ ਹੈ, ਵੀ ਡੋਂਟ ਹੈਵ ਦੈਟ ਸਮਾਇਲ ਐਂਡ ਬਜ਼ ਔਨ ਆਰ ਫੇਸ ਵਿੱਚ ਜਥੇਦਾਰ ਹਵਾਰਾ ਹੈਜ਼ ਔਨ ਹਿਸ ਫੇਸ। ਬੋਲੋ ਵਾਹਿਗੁਰੂ। ਵਾਈ? ਨਾ ਫੋਰ ਅ ਨੋਰਮਲ ਪਰਸਨ ਜੇਲ, ਕੀ ਜੇਲ ਸਵਰਗ ਹੈ ਜਾਂ ਨਰਕ ਆਮ ਬੰਦੇ ਵਾਸਤੇ? ਇਸ ਹੈਲ ਇਜ ਸਫਰਿੰਗ, ਸਪੈਸ਼ਲੀ ਅ ਜੇਲ ਇਨ ਇੰਡੀਆ, ਈਵਨ ਇਵਨ ਇਨ ਅ ਕੰਫਰਟੇਬਲ ਜੇਲ ਇਨ ਦਾ ਵੈਸਟਰਨ ਵਰਲਡ। ਮੈਂ ਜੇਲ 'ਚ ਕੰਮ ਕਰਦਾ ਆ, ਅਤੇ ਫੀਲਿੰਗ ਆਫ ਸੈਪਰੇਸ਼ਨ, ਹੋਰ ਚੀਜ਼ਾਂ ਹੁੰਦੀਆਂ, ਤੁਹਾਡੀ ਬੈੱਡ ਨਹੀਂ ਹੁੰਦੀ, ਤੁਸੀਂ ਬੰਦ ਹੁੰਦੇ ਆ, ਇਟਸ ਵੈਰੀ ਸਫੋਕੇਟਿੰਗ, ਇਹ ਇਟਸ ਅ ਸਫਰਿੰਗ। ਠੀਕ ਹੈ ਜੀ, ਬੋਲੋ ਵਾਹਿਗੁਰੂ। ਪਰ ਬਾਣੀ ਕੀ ਕਹਿੰਦੀ ਆ? ਸੁਰਗ ਬਾਸ ਨਾ ਬਾਂਚੇ, ਡਰੀਆ ਨਰਕ ਨਿਵਾਸ, ਹੋਣਾ ਹੀ ਹੋਣਾ ਹੈ ਸੋ ਹੋਈ ਹੈ, ਮੰਨਣਾ ਕੀਜੇ ਆਸ। ਡੋਂਟ ਵਿਸ਼ ਫੋਰ ਅ ਹੋਮ ਇਨ ਹੈਵਨ, ਡੋਂਟ ਬੀ ਅਫਰੈਡ ਟੂ ਲਿਵ ਇਨ ਹੈਲ, ਵਟ ਐਵਰ ਵਿਲ ਬੀ ਸੋ ਡੋਂਟ ਗੈਟ ਯੂਰ ਹੋਪਸ ਅਪ ਇਨ ਯੋਰ ਮਾਇੰਡ। ਵਾਈ? ਬਿਕੋਜ਼ ਵਟ ਐਵਰ ਗੁਰਸਿੱਖ ਡਜ਼, ਹੀ ਲਿਵਸ ਇਨ ਦਾ ਮੌਜ, ਇਨ ਦਾ ਵਿਲ ਆਫ ਵਾਹਿਗੁਰੂ। ਵਾਹਿਗੁਰੂ 'ਚ ਮੌਜ ਰਹਿੰਦੇ ਆ, ਗੁਰਸਿੱਖ ਹਮੇਸ਼ਾ ਖੁਸ਼ ਰਹਿੰਦਾ ਆ। ਬੋਲੋ ਵਾਹਿਗੁਰੂ। ਸੋ ਟਾਈਮ ਆਪਣਾ ਥੋੜ੍ਹੇ ਕੁ ਮਿੰਟ ਹੀ ਰਹਿੰਦੇ ਆ, ਸੋ ਜਸਟ ਗੋਇੰਗ ਟੂ ਮੂਵ ਔਨ। ਓਕੇ, ਸੋ ਅੱਗੇ ਦ ਅਦਰ ਖੰਡ, ਦ ਅਦਰ ਰੈਲਮਸ ਵਿੱਚ ਮੂਵ ਔਨ। ਸੋ ਗਿਆਨ ਖੰਡ, ਐਂਡ ਗਿਆਨ ਖੰਡ ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵ ਦਾਨਵ ਮੁਨ, ਕਿਤੇ। ਸੋ ਇਨ ਦਿਸ ਰਿਜ਼ਾਈਡਿੰਗ ਇਨ ਦਿਸ ਰੈਲਮ, ਦੇ ਆਰ ਸੋ ਮੈਨੀ ਬੀਨਸ ਆਫ ਪਰਫੈਕਸ਼ਨ, ਸਿੱਧ ਬੀਨਸ ਆਫ ਪਰਫੈਕਸ਼ਨ, ਬੁੱਧਸ, ਯੋਗਿਕ ਮਾਸਟਰਸ, ਐਂਡ ਸੋ ਮੈਨੀ ਐਂਜੈਲਿਕ ਬੀਨਸ ਆਫ ਵੈਰੀਅਸ ਕਾਇੰਡ, ਦੇਵੀ ਵੇ, ਕਿਤੇ ਦੇਵੀ ਵੇਸ ਰਿਜ਼ਾਈਡਿੰਗ, ਦੇ ਆਰ ਸੋ ਮੈਨੀ ਡੈਮੀ ਗੋਡਸ, ਦੇਵ ਦਾਨਵ, ਮੁਨ ਕੇਤੇ, ਮੈਨੀ ਸਾਇਲੈਂਟ ਸੇਜਸ, ਯੂ ਹੈਵ ਬਿਕਮ ਸਾਇਲੈਂਟ ਟੂ ਦ ਵਰਲਡ, ਕੇਤੇ ਰਤਨ ਸਮੋਨ, ਸੋ ਮੈਨੀ ਓਸ਼ਨਸ ਆਫ ਜੂਲਸ ਇਨ ਦਿਸ ਰੈਲਮ। ਸੋ ਇੱਕ ਰੈਲਮ ਆ, ਦਿਸ ਇਜ਼ ਦ ਲੋਅਰ ਰੈਲਮਸ ਵੇਅਰ ਯੂ ਹੈਵ ਦੀਜ਼ ਸਪਿਰਿਚੁਅਲ ਬੀਂਗਸ ਲਿਵਿੰਗ ਦੈਮ। ਅਗਲਾ ਖੰਡ ਕਿਹੜਾ ਆ? ਨੈਕਸਟ ਵਨ। ਓ ਇਜ਼ ਵੈਰੀ ਗੁੱਡ, ਦ ਐਵਰੀ ਡਿਸਟੈਂਸ ਟੂ ਜਪਜੀ ਸਾਹਿਬ। ਨੀਂਦ ਆ ਗਈ? ਵਾਹਿਗੁਰੂ। ਅੱਛਾ, ਸਰਮ ਖੰਡ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਸਤਾ ਕੀ ਸੁੱਧ। ਦਿਸ ਇਜ਼ ਵੇਅਰ ਕੋਨਸਨਟ੍ਰੇਸ਼ਨ, ਇੰਟਲੈਕਟ, ਮਾਇੰਡ, ਬੁੱਧ, ਅੰਡਰਸਟੈਂਡਿੰਗ ਸ਼ੇਪਡ ਦੈ, ਐਂਡ ਸੋਲਸ ਆਰ ਬਿਊਟੀਫਾਈਡ। ਜਿਹੜੇ ਆਤਮਾਵਾਂ ਆ ਉਹ ਘੜੀਆਂ ਜਾਂਦੀਆਂ ਆ, ਤਾਂ ਹੋਰ ਸੋਹਣੇ ਬਣਾਏ ਜਾਂਦੇ ਆ ਸਰਮ ਖੰਡ। ਨੈਕਸਟ ਵਨ। ਹਾਂ, ਸਰਮ ਖੰਡ ਦਾ ਆਇਆ ਅੱਗੇ, ਭਾਈ ਸਾਹਿਬ ਅੱਗੇ ਜਾਣਾ, ਗੇਰ ਪਾਓ ਤੁਰਾ ਜੇ। ਕਰਮਖੰਡ, ਠੀਕ ਹੈ ਜੀ, ਕਰਮਖੰਡ। ਸੋ ਇਨ ਕਰਮਖੰਡ ਯੂ ਮਸਟ ਨੋਟਿਸ ਇਨ ਦ ਪਿਕਚਰ, ਦ ਸੱਚਖੰਡ, ਯੂ ਕੈਨ ਸੀ ਅ ਸੱਚਖੰਡ, ਕਰਮਖੰਡ ਹੈ, ਕਰਮਖੰਡ ਹੈ, ਪਰ ਸੱਚਖੰਡ ਵੀ ਇੱਥੋਂ ਦਿਸਦਾ ਆ। ਵਾਈ ਇਜ਼ ਦਾ? ਹਾਊ ਡੂ ਵੀ ਨੋ ਫਰੋਮ ਜਪਜੀ ਸਾਹਿਬ? ਸੋਚੋ, ਕਰਮਖੰਡ ਤਾਂ ਸੱਚਖੰਡ ਇੱਕੋ ਪੌੜੀ ਵਿੱਚ, ਇਸ ਇਨ ਵਨ ਸਟੈਂਸ, ਵਨ ਵਰਸ ਵਿੱਚ ਨਹੀਂ, ਜਿਹੜੇ ਆ ਪੌੜੀ ਆ ਇੱਕ ਵਿੱਚ ਗੱਲ ਕੀਤੀ, ਸੋ ਉਹਦੇ ਵਿੱਚ ਥੋੜ੍ਹਾ ਜਿਹਾ ਹਿੰਟ ਮਿਲ ਗਿਆ ਆ, ਤਾਂ ਕਰਮਖੰਡ ਸੱਚਖੰਡ ਥੋੜ੍ਹਾ ਜਿਹਾ ਕੋਈ ਲਿੰਕ ਹੈ। ਠੀਕ ਹੈ ਜੀ, ਸੋ ਯੂ ਕੈਨ ਇਮੈਜਿਨ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਜੀ, ਵਾਹਿਗੁਰੂ ਗ੍ਰੰਥ ਸਾਹਿਬ ਜੀ ਇਸ ਪ੍ਰਕਾਸ਼ ਅਤੇ ਕੀਰਤਨ ਸੁਣ ਸਕਦੇ। ਠੀਕ ਹੈ ਜੀ, ਇਮੈਜਿਨ ਉੱਥੇ ਜਗ੍ਹਾ ਹੈ ਨਹੀਂ, ਵੈਵਡ ਸੰਗਤ ਸਿੱਟ ਟੂ ਲਿਸਨ ਟੂ ਕੀਰਤਨ, ਜਿਸ ਆਊਟਸਾਈਡ ਦਰਵਾਜ਼ੇ 'ਤੇ ਉੱਥੇ ਐਰੀਅਰ ਬਣਿਆ, ਇੱਦਾਂ ਥੋੜ੍ਹਾ ਜਿਹਾ ਸਹਿਜ ਕੋਨਸੈਪਟ ਸਮਝਦੇ। ਬਸ ਸੱਚਖੰਡ ਕਰਮਖੰਡ ਇਜ਼ ਹੈ ਦਰਵਾਜ਼ਾ, ਯੂ ਕੈਨ ਉਹ ਕੋਈ ਅੰਦਰ ਬਾਹਰ ਦੇਖਣ ਖਮਨ ਗਓ, ਬਟ ਸੱਚਖੰਡ 'ਚ ਬੈਠੇ ਆ, ਐਂਡ ਦੇਖਣ ਹੇ ਐਵਰੀਥਿੰਗ ਐਂਡ ਦੇ ਫਾ ਆਫ ਇਨ ਵਨ ਸੈਂਸ। ਤਿੱਤੇ ਭਗਤ ਵਸੈ ਕੇ ਲੋਹ ਕਰੇ ਆਨੰਦ, ਸੱਚਾ ਮਨਸ ਹੋਏ। ਦੇ ਆਰ ਪਗਸ ਡਿਵੋਟੀਜ ਆਫ ਮੈਨੀ ਵਰਲਡਸ, ਇਹਦਾ ਮਤਲਬ ਹੈ ਮੈਨੀ ਵਰਡਸ, ਕਿੰਨੇ ਧਰਤੀਆਂ ਹੋਣਗੇ, ਤਿੰਨੇ ਐਗਜ਼ਿਸਟੈਂਸ, ਪਲੇਨਸ ਆਫ ਐਗਜ਼ਿਸਟੈਂਸ, ਵੇਅਰ ਦੇ ਆਰ ਪਗਸ ਡਿਵੋਟੀਜ਼ ਆਫ ਗੋਡ, ਐਂਡ ਦੇਰ ਦੇ ਲਿਵ, ਐਂਡ ਕੀ ਆ ਮਾਰਕ, ਦੇ ਸੈਲੀਬ੍ਰੇਟ, ਦੇ ਮਾਇੰਡਸ ਆਰ ਫਿਲਡ ਵਿਦ ਵਾਹਿਗੁਰੂ, ਉਹਨਾਂ ਦਾ ਮਨ ਸੱਚ ਨਾਲ ਭਰਿਆ ਪਿਆ ਆ। ਐਂਡ ਲਾਸਟਲੀ, ਲਾਸਟ ਖੰਡ ਇਜ਼ ਸੱਚਖੰਡ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਖਾਲ, ਨਦਰ ਨਿਹਾਲ, ਵੇ ਵਾਹਿਗੁਰੂ ਜੀ ਰਿਜ਼ਾਈਡਸ ਇਨ ਹਿਜ਼ ਫੁੱਲ ਗਰੋਰੀ ਐਂਡ ਨਿਰੰਕਾਰ ਫੋਮ, ਇਨ ਦੀ ਇਨਵਿਜ਼ਿਬਲ ਫੋਮ, ਵਾਹਿਗੁਰੂ ਜੀਜ਼ ਹਾਊਸ ਸੱਚਖੰਡ। ਇਹ ਹੈਵਨ ਨਹੀਂ, ਦਿਸ ਡਜ਼ਨਟ ਕਮ ਅੰਡਰ ਹੈਵਨ, ਹੈਵਨਸ ਆਰ ਕ੍ਰੀਏਟਿਡ ਐਂਡ ਡਿਸਟਰੋਇਡ, ਦਿਸ ਵੇ ਵਾਹਿਗੁਰੂ ਜੀ ਇਜ਼। ਬੋਲੋ ਵਾਹਿਗੁਰੂ। ਜਸਟ ਇਨ ਅ ਫਿਊ ਮਿੰਟਸ ਵਿੱਚ, ਲੈ ਕੇ ਦੋ ਪੰਜ ਮਿੰਟ, ਠੀਕ ਹੈ। ਅੱਛਾ, ਬੋਲੋ ਵਾਹਿਗੁਰੂ। ਵੈਰੀ ਕੁਇਕਲੀ, ਸੋ ਵਾਟਸ ਆਰ ਲੇਖਾ ਬੇਸਡ ਔਨ,
just to wrap up, then I'm going to share a story and just show you a clip from a Sundari movie. Theek hai ji? So very short, the which is the following. So there's three types of karam: sanchit karam, kriyaman karam, parlab karam. So you can, this is an example which Pai Daya Singh ji used to explain karam as well. Karam philosophy, Pai Daya Singh, Pyare Pai Daya Singh, ehi example vartya si. So imagine is a teer kaman, a bow and an arrow. This is how to explain our karma, apne karam. Theek hai? How to explain our actions. So one is, the first one you say is kriyaman. That is our arrow. A present, theek hai ji? It's just in your hand, so you've got control on that. Theek hai ji? Tode hath vich ya, haji it's not been fired. So with Guru's kirpa, with Guru's teachings, you might decide to either fire it or put it back. Theek hai ji? A kriyaman. Then the second one is sanchit karam. So that's is stored, no? Stored karam. So these are actions which are stored, and these ones can be deleted. Theek hai ji? It delete ho sakde hai. So karams which we accumulated, jo karam ikatthe hoye ya, jo store hoye ya, haje oh varte nahi, haje oh hath nahi aaye, they have not come to front. Oh, haje tusi unnu delete kar sakde, and a shabd which goes with that is gur ka shabd, gur kaate. Kot karam hai. This Guru Shabd, when we do Simran, the Guru Shabd ki kamai karde hai, when we meditate on Vaheguru, we can get rid of our karma, karma kat sakde hai. That's one type. Then the last one, this is the karam which has been, the arrow which has been fired. Can it come back? Ek wari fire kar deta, oh, teer nikal gaya kaman vich, oh, vapas nahi aasa. And that's where Gurbani says, lek na mitti he sakki, jo likhya kartar, the inscription inscribed by the creator of Vaheguru cannot be erased, oh, my companions. So, eh nahi mit sakda. So, baki jere eh do ya, we can do something about. So, it's never doom and gloom. Eh na soche ve game over ya, but the Guru's kirpa is very hopeful. So, main thoda agge jana hai. So, what does Mara say? Lekha padhiya har naam, fir lek na hoi, puch na sakke koi, Koe har dar sad toi. Mara says that the account, read the account of Vaheguru. Tu simran kar, ori kamai kar. When you do meditation and jap naam, Mara says what will happen? Fir lekh na hoi, that your account will never be read out. Puch na sakke koe har dar sad toi. When you go to the court of Vaheguru, no one will ask. Toda record nahi vikhya jaoga. Bolo Vaheguru. Jamkal mile de pet sevak nit hoi. Ite tak, when the messengers of death come to you, maut de frishte aunge, the Mara says that they will become your servants. O tode sevak ban jonge. Hath juroge. Bolo Vaheguru. So, this is, anyone has seen this scene, movie de vich? Eh, dekhe kisne? ठीक है आप बस हम मेरे को टाइम पता नहीं शायद कट मैं चलो मैं अपना शो नहीं करूँगा फैप्स इफ गॉट टाइम आफ्टर जिन्हों क्वेश्चन आंसर फिर मैं शो करने का मैं टाइम को लोड कर फाइंड दैट सीन टाइम लग जाना बोलो वाहेगुरु सो सुंदरी व्हेन डिड दिस सीन कम एंड में की हों दा She knows she's about to die. मैं तो अनुपचित हूँ। Preparation की करोगे if you're gonna die। जब पता मार लग गया, तब सुंदरी की कर दे। सुंदर कौर knows she's about to die. This is 18th century Sikh lady. When she knows that she's about to die, she's been injured by a Mughal. That what she do? की कर दिया? कहने की बेंती कर दिया? अखंड पाठ साहब करियो। मैं अखंड पाठ साहब सुनना चाहती हूँ। I want to listen to अखंड पाठ। Full reading of Guru Granth Sahib Ji Maharaj. And whilst listening to the Shri Akhand Pat Sahib. Then this light appears in the sky. Near eye is dark. A light appears in the sky and a path comes down. Light that banyam. Bo prada scene ya. Sorry, I load karna thoda time lag jana. That is light, a scene comes. And who walks down? Panj Singh. Five Singhs walk down and they collect her. Ori atma body which yo nikal jandiya sukham sreer. The invisible body leaves and walks up. And the Panj Singh, they do this. That what happens to Sundari? She, where she go then? She disappears with the light. Oh, light which chal jandi, jyot which chal jandi hai. Bolo Vaheguru. And this is the shabd which is played during the scene. Mel leo dyal, tepe dwariya. It's a very emotional. And when this happens, Sundari sees all her life flash before her. Apni sari A to Z jiri jindagi ya, oh samane dis diya. Bolo Vaheguru. Ek scene ya Pai Taru Singh ji da. Pai Taru Singh ji, when he becomes about to breathe his last, Swashadanaga, Pai Taru Singh, in 1745, he is tortured by the Mughals in Lahore, that his scalp is removed. Koper lahi jandiya. The Pai Taru Singh still remains alive,
And when Pai Taru Singh, after so many days, I think it's 21 days, after 21 days, 21 is it? 21 days, Pai Taru Singh Ji, he tells the Sangat, eh, and the Pai Ratan Singh Pangulik there, Pant Prakash. And according to Pant Prakash, Ratan Singh Pangu writes, the historian, that Pai Taru Singh asked the Singhs to bring jal, water, from Sri Amritsar Sahib. Can I shanan karna chanda? Can you deg tiyar karo? Anand Sahib da paath karo. Anand Sahib, the song of joy. Anand Sahib da paath karo. ਇਦਾਂ ਹੁੰਦੇ ਹੁੰਦੇ ਫਿਰ ਤਾਰੂ ਸਿੰਘ ਬਾਅਦ ਵਿੱਚ ਉਹ ਦੱਸਦੇ ਆ ਭਾਈ ਤਾਰੂ ਸਿੰਘ ਸੈਜ਼ ਦਾ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਐਂਡ ਐਜ਼ ਭਾਈ ਤਾਰੂ ਸਿੰਘ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਦੇ ਆ ਸਾਰਿਆਂ ਨੂੰ ਅਰਦਾਸ ਬੇਨਤੀ ਕਰਦੇ ਆ ਦੇ ਫੁੱਲ ਇਹ ਪੂਰਾ ਨਹੀਂ ਕਾਫੀ ਲੰਮਾ ਚੈਪਟਰ ਆ ਵਾਟ ਹੈਪਨਸ ਆਫਟਰਵਰਡਸ ਰਤਨ ਸਿੰਘ ਪੰਗੂ ਡਿਸਕ੍ਰਾਈਬਸ ਕਹਿੰਦੇ ਜਦੋਂ ਭਾਈ ਆ ਤਾਰੂ ਸਿੰਘ ਲੀਵਸ ਇਜ਼ ਬਾਡੀ ਹੀ ਇਜ਼ ਦੈਨ ਵੈਲਕਮਡ ਬਾਈ ਸ਼ਹੀਦ ਸਿੰਘਸ ਦੇ ਆਰਮੀ ਆਫ ਗੁਰੂ ਗੋਬਿੰਦ ਸਿੰਘ ਜੀ welcomes him and he is taken to Sachkhand. Sachkhand utte likhde a char sahibzade welcome him. Char sahibzade unna swagat karde a. Ek passe Guru Gobind Singh de takht de naal Bhai Mani Singh baithe a. Bhai Mani Singh gets up and he tells Bhai Taru Singh, you sit in this place. Eh sari description Ratan Singh Pangu dinda a. Bolo Waheguru. In the last which this is the last binti that this is Bhai Nirmal Singh ji and he passed away in 2009 2009 vich chadhai kar gaye si. Born in 1963, he was in his 40s. Bolo Waheguru. So, Bhai Nirmal Singh Ji, he inspired me to do seva. Bhai Nirmal Singh Ji, jadon England vich apne Punjab, Punjabi kuriyan, Sikha de kuriyan, jadon bohot ginti de vich Musliman banaiyan gaiyan, they were our Sikh Punjabi sisters were groomed by Pakistani gangs and groomed to convert. And there was a one program, Khor to Khan, where 300 Sikh girls from Sikh families, they converted. And this was a where there's a systematic grooming happening, manipulation was involved. And at this point, the Singhs decided that we need to do something. It's not just good enough for us just to go to Rana's Bais, to do our Nitanim. That's itte tak nahi rehna. We need to go one step extra as well. And we use that part, that Simran, that blessings we get from Kirtan, from Simran, from part, from our history, that we put that into action. And they decided to go to university. University jaake prachar karna shuru kar ditta unhone. And sometimes they wouldn't have money. Pai Sahib would tell us that sometimes they were there to go to somewhere very far. The patrol joge paise nahi si. They didn't have enough money for fuel. But they had in their mind that Maharaj, assi tere kam karan lagge, tusi sade kam hi puri kar de. If you're going to do your work, please may you help us. And Maharaj di kirpa. This is a picture the last time I saw Pai Nirmal Singh. This is a Coventry Crossroad Gurdwara, Singh Sabha Gurdwara, jithe Pai Tarsem Singh ji vi seva karde ha. And this, I remember, this was the last time I probably saw Pai Sahib. And at this time, he had cancer. And Pai Sahib came to the camp like this. And he was in pain. Unhone bahut tarf vich si, he was in a lot of pain. And when Pai Sahib came, a man bent and his color had gone yellow. Peela jaya rang ho gaya si, unhone da. I said, Pai Sahib ji, phir you're in so much pain, but you could have left, you know, there's enough seva da. Asi seva karna nahi si, Pai Sahib. And Pai Sahib said, the only one thing can stop me from doing seva. Ek koi cheez mero seva to rok sakdi ki ya? Maud. Ta kin mein sharm aundi ya, that as a Rehan Sabha Kirtan, there's no one to serve langar. Sharm nahi aundi. ਰਿਆਨ ਸਭਾਈ ਕੀਰਤਨ ਹੋਵੇ ਤੇ ਲੰਗਰ ਵਰਤਾਉਣ ਨੂੰ ਕੋਈ ਹੈ ਨਹੀਂ ਕੈਂਪ ਲੱਗਦਾ ਹੋਵੇ ਐਂ ਯੂ ਕੌਨ ਫਾਈਂਡ ਸੇਵਾਦਾਰ ਭਾਂਡੇ ਧੋਣ ਵਾਸਤੇ ਕੈਂਪ ਹੋਵੇ ਯੂ ਕੌਨ ਫਾਈਂਡ ਐਨੀ ਬਡੀ ਹੂ ਸੈਡ ਯੂ ਨੋ ਆਈ ਡੂ ਸੇਵਾ ਆਫ ਜਸਟ ਮੇਕਿੰਗ ਸ਼ੋਰ ਮੇਕਿੰਗ ਦ ਲਿਸਟ ਆਫ ਕੈਂਪਸ ਐਂਡ ਆਈ ਮੈਂ ਹੈਲਪ ਕਰ ਦਾਂਗਾ ਵੀ ਆਰ ਸਟਰਗਲਿੰਗ ਗੁਰਦੁਆਰੇ ਟੂ ਫਾਈਂਡ ਯੰਗ ਪੀਪਲ ਟੂ ਡੂ ਸੇਵਾ ਕੱਲ ਨੂੰ ਤਾਂ ਫਿਰ ਟੇਕ ਅਵੇ ਕਰਨੇ ਪੈਣੇ ਨਾ ਵੀ ਹੈਵ ਟੂ ਗੋ ਹਾਈ ਕੈਨ ਵੀ ਆਰਡਰ 1000 ਪੀਸਸ ਫॉर द ਗੁਰਦੁਆਰਾ ਪਲੀਜ਼ ਇਦਾਂ ਕਰਨਾ ਪੈਣਾ ਬੋਲੋ ਵਾਹਿਗੁਰੂ ਭਾਂਡੇ ਤੇ ਪਲਾਸਟਿਕ ਦੇ ਆ ਚੁੱਕੇ ਨਾ ਸੋ ਵੀ ਡੋਨਟ ਵਾਸ਼ ਦੈਮ ਨਾ ਦੈਟਸ ਵਨ ਪੋਜ਼ਿਟਿਵ ਥਿੰਗ ਨਾ ਤੇ ਬੈਂਡ ਸੈੱਟ ਦੇ ਭਾਂਡੇ ਵੀ ਨਹੀਂ ਧੋਣੇ ਪੈਣੇ ਭਾਂਡੇ ਧੋਣ ਵਾਲੇ ਕਿੱਥੇ ਲੱਭਣਗੇ ਦਿਸ ਇਜ਼ ਵਨ ਥਿੰਗ ਆਈ ਲਰਨ ਫਰਮ ਪਾਈ ਸਾਹਿਬ ਜੀ ਐਂਡ ਸਮਟਾਈਮਸ ਮੇਰਾ ਵੀ ਸਿਰ ਦੁੱਖਦਾ ਆ ਹੁਣ ਵੀ ਮੈਂ ਉੱਤਰ ਅੱਜ ਸਵੇਰੇ ਵੀ ਮੈਂ ਅੱਜ ਫੀਲਿੰਗ ਬੇ ਕ੍ਰੈਂਕੀ ਪਰ ਨਹੀਂ ਮੇਰੇ ਮਨ ਚ ਆਉਂਦਾ ਆ ਨਹੀਂ ਦਿਸ ਇਜ਼ ਦ ਲੀਸਟ ਥਿੰਗ ਸਾਡੇ ਤੇ ਵੱਡੇ ਬੰਦ ਬੰਨ ਕੱਟੇ ਗਏ ਆ ਖੋਪੜਿਆਂ ਲਹਾਏ ਦੇ ਸਕੈਲਪਟ ਅਲਾਈਵ ਕੱਟ ਟੂ ਪੀਸਿਸ ਆਵਰ ਐਨਸੈਸਟਰਸ Even if you have got headache, even if you got some, you know, oh, my schedule's busy, I'm sure we can take enough time out for the Sangat, enough time to do Seva. If you're not going to do Seva, who is? And that's what I learned from Pai Sahib. Thoda jaya ek wake-up call ya. Mene kai vidi dhokh lagda ya. Jena ne kirpana paaiya, dastara sajaiya, we've got dastars, we're wearing kirpans. If we don't do Seva, who will? Kai bande kende ya, ਅਸੀਂ ਉੱਥੇ ਲੰਗਰ ਨਹੀਂ ਖਾਣਾ ਕਜ਼ ਉੱਥੇ ਮੋਨੇ ਬਣਾਉਂਦੇ ਆ ਪਰ ਵਾਈ ਡਿਡਨਟ ਯੂ ਡੂ ਇਟ ਓ ਸਿੰਘ ਓਨਲੀ ਅੰਮ੍ਰਿਤਧਾਰੀ ਸ਼ੁੱਡ ਡੂ ਚੌਰ ਸਾਹਿਬ ਇੱਕ
So why is Amritdhari not doing Chor Sahib Seva then? I went to a Gurdwara and somebody who was shaven was given up prashad. It's not his fault. Bachara hai, probably he's got a lot of pyar and he's probably bari bhavna na baitha hai. But he saw no one saying that koi aaya mere varga prashad lena, dekhen oh baith gaya banda. Why these gaps? We don't care, we're not bothered. As long as I've done my nitnim, go to sleep, go to school, that's fine. Tick box, it's all right. Seva hor koi kar luga. Bolo vahe guru. As you know, the gun galuge, we'll sing their praises. Nay, it's a wake up call. Let's, hajibi time haga, let's do seva. Pai Sahib ji inspired me. The Pai Sahib came and the only death will stop me. Pai Sahib ji ant on lagasi. He was, and he was, went to hospice. Palliative care. Jadon banda marn lagga ya hospital nahi janda, ohnu hospice bhej de jithe oh dawaiyan nahi dende, no medications given. Ta they before that they had held a kirtan, and ek kirtan te main gaya si, and this is a second message I got on my phone. A message aaya si, oh sangat kirtana pai Nirmal Singh ji's residence, ohna de ghar kirtan hona, please arrive 6 pm to 12 am a program si ohna de. Main gaya nahi si, I think I was at university then, 2009 in university si, so I didn't go to the program. After my university we jana aaya, I'm sure there's plenty of people to do kirtan, attend the program, no? Main kaha, I'm sure it's covered. Next day I get a message by Nirmal Singh Chadhai Kargi has died. Theek hai ji, ta mere mann ch, you know, I was invited to the program, I never went to the program. Main ohna de niece nu phone kita si, afsos karan, just to pay my condolences. And Penji and another Penji who was a family friend of theirs, ohna ne main phone kita si, they were very close to them. Oh jehde Penji si, she told me that on Monday she had visited by Nirmal Singh in hospice. Ohna nu milan gaye si jithe nurse ohna de help karde si. And she said that by Nirmal Singh had just arrived there and suddenly he said, "Main ghar jaana, I want to go home." Bhen ji kehnde ta veer ji tade Canada to ik singh si gaye si, jehde singh's camp te launde, oh vi naal gaye si utthe. Ta oh puchde a bhai saab, why do you want to go home? You've just arrived. Honi aaye to kehnde hun ghar jaana. Kehnda singh aaye si. Kehnde nile baane paaye aa, unhan ne chakkar ya khande lagge si. Darshani Singh, they are looking beautiful gursikhs. And they got glows on their faces. They are wearing shastar. They are wearing adorned in beautiful weapons. And they came and said to me, "Can they singa tiyar rahe tenu lain aana ya? I mean, come. Kado aana ya? Can they will come on Wednesday night? Budhwar raat nu suraj chadhan to pehla, basically before sunrise." On Thursday morning, we'll come and collect you. I don't know exact wording, PC, but it was a sense of that on Thursday night, sham no, Wednesday, budhwar no, tenu lain aaunge. Monday di gall hai. This is Monday. This is, they're saying we're going to come and collect you on Wednesday night. Pai Sahib then held this kirtan. Now it makes sense. Kirtan kyun rakhya? Pai Sahib kehnde ghar laya, jo singh aaye te they told me. Kehnde theek hai. So they took him home. Kirtan was held. I didn't attend. Penji, their niece, ਉਹਨੂੰ ਮੈਨੂੰ ਦੱਸਦੇ ਆ, ਉਹਨਾਂ ਜਿਹੜੇ ਭਤੀਜੀ ਆ ਮੈਨੂੰ ਦੱਸਦੇ, ਕਹਿੰਦੇ ਭਾਅ ਜੀ ਰੂਮ ਭਰਿਆ ਪਿਆ ਸੰਗਤ ਨਾਲ, ਦੇ ਲਿਵਿੰਗ ਰੂਮ ਸੰਗਤ ਫਿਲ ਫੁੱਲ. ਐਂਡ ਵਨ ਦਾ ਸੰਗਤ ਸਿੰਘ ਦਾ ਕੀਰਤਨ ਹੋਇਆ, ਜਿਹੜੇ ਡਰੈਰਾਸ ਦਾ ਪਾਠ 12 ਵਜੇ ਕੀਰਤਨ ਹੋਇਆ, ਦੈਨ ਭਾਈ ਸਾਹਿਬ ਸੈਡ 12 ਵਜ ਕੇ 12 ਇਸ ਮਿਡ ਨਾਈਟ ਮੈਨੂੰ ਪੰਜ ਬਾਣੀਆਂ ਦਾ ਪਾਠ ਸੁਣਾ ਦਿਓ, ਪਲੀਜ਼ ਮੈ ਯੂ ਰਿਸਾਈਟ ਮੀ ਦ ਫਾਈਵ ਮੋਰਨਿੰਗ ਪ੍ਰੇਅਰਸ. ਪੰਜ ਬਾਣੀ ਦਾ ਪਾਠ ਸੁਣਾਇਆ ਐਂਡ ਦ ਲਾਸਟ ਲਾਈਨ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਾ ਤੂਰੇ. ਇੱਦਾਂ ਕੀਤਾ, ਇੱਦਾਂ ਕੀਤਾ, ਲੁਕਡ ਅਪਵਰਡਸ ਜਿੱਦਾਂ ਨਹੀਂ ਸੁੰਦਰੀ ਸੁੰਦਰੀ ਦ ਸੇਮ ਇੱਦਾਂ ਜੋ ਹੈਜ਼ ਸੁੰਦਰੀ ਡਿਡ. ਇੱਦਾਂ ਵੇਖਿਆ ਸੁੰਦਰ, ਸੁੰਦਰੀ ਲੁਕਸ ਅਪ ਅੰਡਰ ਦ ਟ੍ਰੀ, ਦਰਖਤ ਹੇਠਾਂ ਸੁੰਦਰੀ ਵੇਖਦੀ ਆ, ਸਿੰਘ ਦਿਸਦੇ ਨਾ. ਇੱਦਾਂ ਭਾਈ ਨਿਰਮਲ ਸਿੰਘ ਕਾਹਾਂ ਵੇਖਦੇ, ਉੱਚੀ ਆਵਾਜ਼ 'ਚ ਕਹਿੰਦੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਇੱਦਾਂ ਉੱਪਰ ਦੇਖ ਕੇ ਇੱਦਾਂ ਕਰਕੇ ਹੀ ਵੈਂਟ ਡਾਊਨ ਐਂਡ ਹੀ ਬ੍ਰੀਥ ਦਿਸ ਲਾਸਟ ਐਂਡ ਹੀ ਸਾਰੀ ਸੰਗਤ ਸੰਗ ਕਹਿੰਦੇ ਇੱਕ ਹਿਊਜ ਸਮਾਈਲ ਔਨ ਹਿਸ ਫੇਸ. ਮੈਂ ਕਿਹਾ ਇੱਦਾਂ ਦੀ ਮੌਤ ਮਿਲੂਗੀ ਕਿਸ ਨੂੰ? ਬੋਲੋ ਵਾਹਿਗੁਰੂ. ਪਰ ਹੁਣ ਸਾਨੂੰ ਪਤਾ ਲੱਗ ਗਿਆ, ਹੁਣ ਦਿਸ ਇਜ਼ ਵੀ ਹੈਵ ਟੂ ਫੋਲੋ ਦ ਗੁਰੂਜ਼ ਪਾਥ. ਹੁਣ ਇੱਕ ਚੀਜ਼ ਮੈਂ ਬੇਨਤੀ ਕਰ, ਮੈਂ ਉਹਨਾਂ ਦੇ ਫਿਊਨਰਲ 'ਤੇ ਗਿਆ ਨਾ, ਬੀਨ ਟੂ ਫਿਊ ਆਫ ਦ ਗੁਰਸਿੱਖ ਫਿਊਨਰਲਸ, ਆਈ ਹੈਵ ਬੀਨ ਟੂ ਅਦਰ ਫੈਮਿਲੀ ਮੈਂਬਰਸ ਫਿਊਨਰਲਸ ਜਿਹਨਾਂ ਨੇ ਗੁਰਮੁਖ ਨਹੀਂ, ਦੋਜ਼ ਹੂ ਡੋਂਟ ਫੋਲੋ ਦ ਗੁਰੂਜ਼ ਪਾਥ, ਆਈ ਹੈਵ ਬੀਨ ਟੂ ਦੇਅਰ ਫਿਊਨਰਲਸ ਐਜ਼ ਵੈਲ. ਦੇਰ ਇਜ਼ ਅ ਵਨ ਡਿਫਰੈਂਸ, ਡਿਫਰੈਂਸ ਹੈ. ਮੈਂ ਇੱਕ ਫਿਊਨਰਲ 'ਤੇ ਗਿਆ ਸੀ, ਉਹ ਇਕੱਲਾ ਪੁੱਤ ਸੀ, ਓਨਲੀ ਸਨ, 3 ਸਿਸਟਰਸ. ਤਾਂ ਉਹ ਨੌਜਵਾਨ ਦਾ 2 ਹਫ਼ਤੇ ਬਾਅਦ ਉਹਦਾ ਆਨੰਦ ਕਾਰਜ ਹੋਣਾ ਸੀ, ਇਜ਼ ਗੋਇੰਗ ਟੂ ਗੈਟ ਮੈਰਿਡ ਇਨ 2 ਵੀਕਸ ਟਾਈਮ. ਔਨ ਦ ਡੇ ਆਫ ਇਸ ਫਿਊਨਰਲ ਹੀ ਰਿਸੀਵਡ ਇਸ PhD ਸਰਟੀਫਿਕੇਟ. ਉਹਨੂੰ ਯੂਨੀਵਰਸਿਟੀ ਸਰਟੀਫਿਕੇਟ ਮਿਲਿਆ ਦ ਡੇ ਆਫ ਇਸ ਫਿਊਨਰਲ. ਔਨ ਹਿਸ ਫਿਊਨਰਲ ਹੀ ਵਾਜ਼ ਡਰੈਸਡ ਇਨ ਇਸ ਵੈਡਿੰਗ ਕਲੋਜ਼, ਆਪਣੇ ਵਿਆਹ ਦੇ ਕੱਪੜੇ ਉਹਨੇ ਪਾਏ ਸੀ.
That was my first Gursikh funeral. Main janda nahi si, I never knew them. Mainu koi singh kanda, aaja, let's go to the funeral. Main kaha, I don't know them. Kanda singh, let's just go for the simran. Kanda simran ne chal jiye. Main kaha, utthe ki, mainu samajh nahi aayega, pata nahi si mainu. Kanda, when you look at death, then you should feel the power of simran. Even the people who are non-religious, unna de mohi vaheguru vaheguru nikalda. Even they say vaheguru. Kanda, ja. I went, unna ne kuke in London vich hoya si. In London, the houses are quite small. So what they do is they take the body to the gurdwara, just outside the gurdwara, so people can see. Otherwise, kar jagah hai ni. You can't, there's not enough room to visit, to see the face of the deceased. Gurdwara samane, unna ne body rakhi. And sisters are there. And then they have to pick up the body. Who usually picks up the body? Sarir kaun chukda honda? Haan ji? Pra, brothers or the sons. Theek hai ji? Pehna ne chukya. Three sisters, ta baki sangat ne. Ten pehna naal. Mehran hoya, the sisters, naal rondiyan bhi si. But they had a smile on their face and the jukare shut this. Mehran si. Pehli bari main jindagi ch dekhya. Bole soniha sat shri akal. Ida jukare shut de. They were just doing these jukare. Sisters. I was shocked. Mehko, what? He died whilst doing Rai Rasta part. Accident hoya si. He had a Gujarati friend. He was going on the road. He said his Gujarati friend survived. Oh, bach gaya. Kanda, my Singh friend. Kanda, oh, part. Rai Rasta, kanda, adin to my evening part. Kanda, Rai Rasta part kita. Just before, kanda, one tis sahib ki take nanak manne maai. Jis simras koi sagle duk jai fateh bulai. Ta gaddi yadda chal gi. Oh, mar gaya. Oh, bach gaya. Rai Rasta part karke. And he left his last breath. Mek puch rahi thi, I need him, mainu kisne murder kita si, main tohnu share kar dunga. I need he got killed in McDonald's. Main pata nahi kisne suni hovi hai. Main McDonald's vich si, udon main bahar kha lenda si. Main kal vi kisne dassya si, udon kar dassi. McDonald's udon main bahar kha lenda si, ta udon main banana milkshake peena si. I wanted a banana milkshake. ਤਾਂ ਮੈਂ ਕਿਹਾ ਮੈਂ ਚਲੋ ਮੈਕਡੋਨਲਡਸ ਚੱਲ ਜਾਂ ਵੋਟਲੂ ਸਟੇਸ਼ਨ ਲੰਡਨ ਦੇ ਵਿੱਚ ਤਾਂ ਮੈਂ ਉੱਥੇ ਗਿਆ ਐਂਡ ਦੇ ਯੂਸਟ ਟੂ ਬੀ ਏ ਟ੍ਰੈਂਪ ਟ੍ਰੈਂਪ ਤੁਸੀਂ ਕਹਿੰਦੇ ਟ੍ਰੈਂਪ ਬੈਗਰ ਪੋਰ ਪਰਸਨ ਓ ਸੀ ਹੋਮਲੈਸ ਪਰਸਨ ਐਂਡ ਇਟ ਵਾਸ ਆਇਰਿਸ਼ ਪਰਸਨ ਹੀ ਇਜ਼ ਆਲਵੇਜ਼ ਡਰੰਕ ਆਈ ਵਾਸ ਸਟੈਂਡਿੰਗ ਇਨ ਦ ਕਿਊ ਟੂ ਹੈਵ ਅ ਬਨਾਨਾ ਮਿਲਕਸ਼ੇਕ ਐਂਡ ਦਿਸ ਗਾਈ ਕਮਸ ਆਇਰਿਸ਼ ਟ੍ਰੈਂਪ ਬੈਗਰ ਕਮਸ ਹੋਮਲੈਸ ਪਰਸਨ ਐਂਡ ਹੀ ਗੋਜ਼ ਟੂ ਮੀ ਸ਼ੇਕ ਮਾਈ ਹੈਂਡ ਸ਼ੇਕ ਮਾਈ ਹੈਂਡ ਮੈਂ ਆਖਿਆ ਭਰਾਵਾ ਤੂੰ ਹੱਥ ਹੁੱਥ ਨਹੀਂ ਧੋਤੇ ਮੈਂ ਤੇਰੇ ਹੱਥ ਕਹਿੰਦਾ ਮਿਲਾ ਲਿਫਟ ਵੀ ਨਹੀਂ ਐਂਡ ਇਟ ਲੁਕਸ ਬਿਟ ਡੋਜੀ ਸਮਥਿੰਗ ਵਾਸ ਨੋਟ ਰਾਈਟ ਨਾ ਕੋਈ ਸਹੀ ਨਹੀਂ ਲੱਗਦਾ ਸੀ ਮੈਂ ਹੱਥ ਨਹੀਂ ਮਿਲਾਇਆ ਉਹਦਾ ਮੈਂ ਬਿਦਾ ਖੜਾ ਸ਼ੇਕ ਮਾਈ ਹੈਂਡ ਸ਼ੇਕ ਮਾਈ ਹੈਂਡ ਆਈ ਸੈਡ ਆਈ ਜਸਟ ਸਮਾਈਲਡ ਨੋ ਐਂਡ ਦੈਨ ਆਈ ਡਿਡਨਟ ਸੇ ਐਨੀਥਿੰਗ ਆਈ ਜਸਟ ਸਮਾਈਲਡ ਐਟ ਹਿਮ ਫਿਰ ਮੈਨੂੰ ਕਹਿੰਦਾ ਆਇਆ ਯੂ ਬਲੱਡ ਫਸਟ ਹੀ ਵਾਸ ਬੀਇੰਗ ਵੈਰੀ ਪੋਲਾਈਟ ਫਿਰ ਕਹਿੰਦਾ ਯੂ ਬਲੱਡੀ ਕਮ ਟੂ ਆਰ ਕੰਟਰੀ ਐਂਡ ਯੂ ਵੇਅਰ ਨਾਈਸ ਕਲੋਥਸ ਐਂਡ ਯੂ ਗੈਟ ਗੁੱਡ ਜੋਬਸ ਯੂ ਗੈਟ ਨਾਈਸ ਕਾਰਸ That's not bloody fair. Idda bolya na. Ta o kanda I'm gonna bloody kill you. Unne idda gaya. O kanda I've got a knife. Idda kita. Main kaha my God. Main kaha mom. Main mummy da socha. Can you imagine mere ghar afsos karan rukki aun. Haanji bo mara hoya Manbir Singh mar gaya. Bhen ji hoya ki si. Unne banana milkshake peen gaya si. He went to have a banana milkshake. Ta utthe kise bande ne gussa kar liya. ਉੱਥੇ ਉਹਨੂੰ ਮਾਰ ਦਿੱਤਾ ਬਣਾ ਉਹਨੂੰ ਮਿਲਕਸ਼ੇਕ ਮਿਲ ਗਿਆ ਸੀ ਮਿਲਕਸ਼ੇਕ ਵੀ ਨਹੀਂ ਮਿਲਿਆ ਹੋਇਆ ਵਿਚਾਰਾ ਹੈ ਨਾ ਇਵੈਂਟ ਸੱਚੀ ਮੇਰੇ ਮਨ 'ਚ ਆਇਆ ਅੱਧਾ ਮੇਰੇ ਮਨ 'ਚ ਓ ਮਾਈ ਗੋਡ ਮੈਂ ਕਿਹਾ ਮਾਰ ਮਾਂ ਨਾ ਕੋਈ ਚੱਜ ਦੀ ਮੌਤ ਮਿਲੇ ਨਾ ਜਿੱਥੇ ਕੋਈ ਮੈਨੂੰ ਮਾਰਾ ਇਸ ਦਾ ਬੇਇੱਜ਼ਤੀ ਮੇਰੀ ਮੰਮੀ ਦੀ ਬੇਇੱਜ਼ਤੀ ਨਾ ਹੋਵੇ ਨਾ ਕੋਈ ਅਫਸੋਸ ਕਰਨ ਮੈਂ ਸਮ ਕਮਸ ਟੂ ਪੇ ਕੰਡੋਲੈਂਸਿਸ ਟੂ ਮਾਈ ਮਦਰ ਮੇਰੀ ਮਾਂ ਨੂੰ ਵੀ ਮਾਣ ਹੋਵੇ ਫਿਰ ਪੁੱਤ ਮਰਿਆ ਕੋਈ ਗੱਲ ਨਹੀਂ ਮਰ ਗਿਆ ਤਾਂ ਲਾਈਕ ਦ ਫਿਊਨਰਲ ਆਈ ਵੈਂਟ ਟੂ ਹੈ ਨਾ ਬੋਲੋ ਵਾਹਿਗੁਰੂ ਸੱਚੀ ਸੋਚੋ ਇਮੈਜਿਨ ਵੇਅਰ ਯੂ ਗੋ ਇਮੈਜਿਨ ਇਫ ਯੂ ਦੱਸ ਯੋਰ ਲਾਸਟ ਬ੍ਰੈਥ ਤੁਸੀਂ ਉੱਥੇ ਮਰ ਗਏ ਟਿਮ ਨੋਟਨ ਵਿੱਚ ਹੀ ਮਰ ਗਏ ਡੋਮਨੋ ਪੀਜ਼ਾ 'ਚ ਵਿੱਚ ਹੀ ਮਰ ਗਏ ਕੇ ਐਫ ਸੀ 'ਚ ਬੈਠੇ ਮਰ ਗਏ ਗਿੱਧਾ ਪਾਉਂਦੇ ਮਰ ਗਏ ਭੰਗੜਾ ਪਾਉਂਦੇ ਮਰ ਗਏ ਕਿਸ ਨਾਲ ਗਾਲ ਕੱਢਦੇ ਮਰ ਗਏ ਬੋਲੋ ਵਾਹਿਗੁਰੂ ਯੂ ਡਾਈ ਵਿਦ ਦੀਜ਼ ਥਿੰਗਸ ਵੈਰੀ ਸਕੈਰੀ ਇੱਕ ਬ੍ਰੈਡਫਰਡ ਦੀ ਕਹਾਣੀ ਇਸ 'ਚ ਮੇਰੀ ਭੂਆ ਜੀ ਦੱਸਦੇ ਸੀ ਸੰਬੜੀ ਗੋਟ ਮੈਰਿਡ ਆਨੰਦ ਕਾਰਜ ਹੋਇਆ ਤਾਂ ਗ੍ਰੰਥੀ ਸਿੰਘ ਇਜ਼ ਡੂਇੰਗ ਆਨੰਦ ਲਾਵਾਂ ਦਾ ਪਾਠ ਕੀ ਹੋਇਆ ਵੰਜਨੇ ਉਹਨੇ ਚੌਥੀ ਲਾਵ ਦਾ ਪਾਠ ਪੜ੍ਹਿਆ ਹੀ ਫਿਨਿਸ਼ ਦਾ ਚੌਥੀ ਲਾਵ ਹੀ ਫਿਨਿਸ਼ ਦਾ ਲਾਸਟ ਲਾਈਨ ਇੱਦਾਂ ਹੱਥ ਜੋੜੇ ਹਜੇ ਰਮਾਲਾ ਸਾਹਿਬ ਨਹੀਂ ਉਹਨੇ ਮਹਾਰਾਜ ਦੇ ਉੱਪਰ ਟੱਕਿਆ ਹੀ ਹੈਡਨ ਕਵਰਡ ਮਹਾਰਾਜ ਦਾ ਰਮਾਲਾ ਉੱਥੇ ਮਰ ਤਾਬੇ ਅਤੇ ਸਵਾਸ ਛੱਡ ਦਿੱਤੇ ਵਨ ਆਈ ਵਾਜ਼ ਯੰਗਰ ਐਜ਼ ਏ ਸੀ ਇੱਕ ਬਾਬਾ ਜੀ ਹੁੰਦੇ ਸੀ ਗੁਰਦੁਆਰੇ ਲੋਕਲ ਗੁਰਦੁਆਰਾ ਹੀ ਵਾਜ਼ ਐਟ ਅ ਬਲੂ ਦ ਸਟਾਰ
white beard and his face had a really nice rosy cheeks, you know, baby type face, just but a very pyare lagde si. And I didn't know much about Sikhi, but he just looked really cute, like a nice baba ji, you know. I never had a granddad. Mera baba ji hai nahi si, dada mere ko hai nahi si. Te main ke mainu edda da dada milda te kinna changa hunda hai na. Te par ohne neela baana paande gurdwara. One day main gurdwara gaya, main ohnu labbya, oh baba ji vekhe nahi. Te main ke baba ji kithe aa, kande oh mar gaye, chadhai kar gaye. Main oh kidda, kande oh matha tekan aaye si, matha tekya. The matha tekya upar utthe nahi. The day I got back up and they did matha tek. Kande prasad vandan vaaj prasad te baitha si, oh gaya baba ji utthe nahi. Hana main ke edda di maut ho jave, hana bolo waheguru. So end vich benti aa, benti aa, these pangti are read when people die as gursikhs. Gurmukh janam swar darge chalya, bolo sachi darge jaye sacha pid malya. ਹੁਣ ਗੁਰਮੁਖ ਜਨਮ ਸਵਾਰ ਲੁਕੀ ਆਪਣਾ ਬੈਡਰੂਮ ਸਵਾਰਦੇ ਆ, ਪੀਪਲ ਫਿਕਸ ਅਪ ਦੇ ਰੂਮ, ਲੁਕੀ ਆਪਣਾ ਬੈਂਕ ਬੈਲੈਂਸ ਸਵਾਰਦੇ ਆ, ਦੇ ਫਿਕਸ ਅਪ ਦੇ ਬੈਂਕ ਬੈਲੈਂਸ, ਲੁਕੀ ਆਪਣਾ ਮੂੰਹ ਸਵਾਰ ਲੈਂਦੇ, ਪੀਪਲ ਫਿਕਸ ਅਪ ਦੇ ਫੇਸ, ਹੈ ਨਾ, ਕਲੀਨ ਅਪ ਕਰ ਲੈਂਦੇ ਆ. ਪਰ ਵਨ ਥਿੰਗ ਆ ਗੁਰੂ ਸੈਜ਼ ਇਜ਼ ਦਾ ਦੋਜ਼ ਹੂ ਕਲੀਨ ਅਪ ਦੇਅਰ ਲਾਈਵਸ, ਦੋਜ਼ ਹੂ ਫਿਕਸ ਅਪ ਦੇਅਰ ਲਾਈਵਸ. ਮਹਾਰਾਜ ਕਹਿੰਦੇ ਕੀ ਹੋਵੇਗਾ, ਕਿੱਥੇ ਜਾਣਗੇ, ਦਰਗਹਿ ਚੱਲਿਆ, ਦਰਗਾਹ ਵਿੱਚ ਦੇ ਗੋਠ ਦੇ, ਉਹ ਸੱਚਖੰਡ ਜਾਣਗੇ, ਦੇ ਗੋਠ ਵੇ ਵਾਹਿਗੁਰੂ ਇਜ਼, ਜਿੱਥੇ ਸਾਹਿਬਜ਼ਾਦੇ ਆ, ਜਿੱਥੇ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਜੀ ਵਰਗੇ ਆ, ਉੱਥੇ ਤੂੰ ਜਾਓਗਾ. ਯੂ ਗੋ ਟੂ ਦੈਟ ਪਲੇਸ, ਸੱਚੀ ਦਰਗੇ ਗਾ, ਟੂ ਦ ਟਰੂ ਕੋਰਟ ਯੂ ਵਿਲ ਗੋ. ਸੱਚਾ ਪਿੜ ਮਿਲੇ ਤਾਂ ਸੱਚੀ ਪੁੱਤ ਤੈਨੂੰ ਜਗ੍ਹਾ ਵੀ ਮਿਲੂਗੀ, ਯੂ ਗੈਟ ਅ ਪਲੇਸ ਦੈਰ ਇਜ਼ ਵੈਲ. ਹੁਣ ਇਹ ਦਿਸ ਇਜ਼ ਦ ਐਂਡ, ਦਿਸ ਦ ਹੋਲ ਕੈਂਪ. ਹੈਵ ਵੀ, ਅਸੀਂ ਆਪਣਾ ਜਨਮ ਸਵਾਰਿਆ, ਹੈਵ ਵੀ ਈਵਨ ਅਟੈਂਪਟਿਡ, ਅਟੈਂਪਟਿਡ. ਮੈਂ ਨਹੀਂ, ਹੁਣ ਇਮੈਜਿਨ, ਹੁਣ ਮੇਰਾ ਰੂਮ ਆ ਇਜ਼ ਅਨਟਾਈਡੀ, ਮੈਂ ਕਿਹਾ ਚਲੋ ਮੈਂ ਆਈ ਨੀਡ ਟੂ ਟਾਈਡ ਮਾਈ ਰੂਮ. ਇੱਕ ਮੈਂ ਕੱਪੜਾ ਚੁੱਕਿਆ, ਮੈਂ ਕੁੱਤੇ ਤੈਲ, ਹਜੇ ਇਸ ਚਲੋ ਡੰਪ, ਹੌਲੀ ਮੈਂ ਹੌਲੀ ਕਰ ਰਿਹਾ. But have we started? Have we started our Nitnem? Have we started Amrit Vela? Have we gone to the Panjpair Thik Amrit? Have we started to do Janam Swarna? Or will it be too late? I wish and pray that when I die, ਫਿਰ ਇਹ ਵੀ ਨਾਈਸ ਹੈ ਨਾ. ਮੈਂ ਸੋ ਮੈਂ ਮੈਂ ਭਾਈ ਇੱਕ ਭਾਈ ਵਿਜੇ ਸਿੰਘ ਕਦੇ ਵੀ ਗੱਲ ਕਰਦਾ, ਮੈਂ ਕਿਹਾ ਮਰਨਾ ਨਹੀਂ ਮੈਂ, ਉਹ ਭਾਈ ਵਿਜੇ ਸਿੰਘ ਮੇਰੇ ਮਰਨ ਤੋਂ ਬਾਅਦ ਰੈਣ ਸਫਾਈ ਕਰਨ, ਮੈਂ ਕਿਹਾ ਮੇਰੇ ਵੀ ਰੈਣ ਸਫਾਈ ਕਰਦੀ ਹੈ ਨਾ, ਜੇ ਤੂੰ ਬਚ ਕੇ ਤੂੰ ਮੇਰੀ ਰੈਣ ਸਫਾਈ ਦਿੰਦਾ ਨਾ, ਇੱਦਾਂ ਕਰਦੇ ਹੁੰਦੇ ਆ. ਮੈਂ ਨਾ ਸੁਸਾਈਡਲ ਬਾਏ ਦਾ ਬਾਈ, ਉੱਦਾਂ ਗੱਲਾਂ ਕਰਦੇ ਹੁੰਦੇ ਬਟ ਡੈਥ ਸਮ ਟਾਈਮਸ ਹੈ ਨਾ, ਜਦੋਂ ਔਨ ਦ ਫੋਨ ਹੈ ਨਾ. ਸੋ ਇੱਕ ਮੈਂ ਵੀ ਕਹਿੰਦਾ, ਜਸਟ ਇਫ ਯੂ ਕਲੋਜ਼ ਯੋਰ ਆਈਜ਼, ਇਫ ਯੂ ਨੀਡ, ਇਫ ਯੂ ਡੋਂਟ ਨੋ ਦ ਸ਼ਬਦ, ਦੈਨ ਯੂ ਕੈਨ ਲੁੱਕ ਐਟ ਦ ਸਕਰੀਨ. ਇਫ ਯੂ ਨੋ ਦ ਸ਼ਬਦ ਨਾ, ਵੀ ਕੈਨ ਸਿੰਗ ਟੁਗੈਦਰ ਹੈ ਨਾ, ਜੇ ਮੈਂ ਪਿੱਛੇ ਬੋਲ ਲਿਓ, ਪਿੱਛੇ ਬੋਲ ਲਿਓ, ਦੈਨ ਯੂ ਮਾਈਟ ਨੋਟ ਨੀਡ ਟੂ ਲੁੱਕ ਐਟ ਦ ਸਕਰੀਨ. ਇਮੈਜਿਨ that when we die, that the Sangha, the people who come to our funeral, will say these lines. Do you get it? Haan ji bhai sahab? Dargaya? Achha, theek. Achha, bhai sahab kehnde darge ta dargaya, Paramdhan Singh. Theek hai ji, thank you bhai sahab. Bolo wahe guru. So, if we just sing this, theek hai ji? Haan, oda, main ta darge padhte, kahi padhte, pa kahi dargaya bhi kehna hande hai, theek hai ji? ਹਾਂ ਬੋਲੋ ਵਾਹਿਗੁਰੂ. ਹਾਂ ਅੱਖਾਂ ਜੀ ਕਲੋਜ਼, ਯੂ ਕੈਨ ਕਲੋਜ਼ ਯੋਰ ਐਂਡ ਥਿੰਕ, ਮੇਰਾ ਫਿਊਨਰਲ ਵਨ ਆਈ ਡਾਈ, ਅਰਦਾਸ ਕਰਨੀ ਸੱਚੇ ਮਹਾਰਾਜ, ਲਾਈਕ ਆਈ ਬਲੀਵ ਵਾਈ ਮੈ ਆਈ ਡੂ ਅਰਦਾਸ, ਵਿਨ ਵਾਈ ਡਾਈ, ਮੇਰੀ ਮੰਮੀ ਕੋਲ ਅਫਸੋਸ ਕਰਨਾ, ਉਹਨਾਂ ਦੇ ਕਮ ਟੂ ਮਾਈ ਮਮ, ਹੈ ਨਾ, ਇਫ ਆਈ ਡਾਈ ਬਿਫੋਰ ਮਾਈ ਮਮ, ਤਾਂ ਉਹ ਅਫਸੋਸ ਕੋਈ ਸੋਹਣਾ ਲੱਗੇ, ਲੋਕ ਜਾਣਦੇ ਸੋਹਣੀਆਂ ਗੱਲਾਂ ਕਰਨ, ਹੈ ਨਾ, ਅਤੇ ਇਜ਼ ਨਾਈਸ, ਹੈ ਨਾ, ਨਾ ਮੇਰੀ ਮੰਮੀ ਦੀ ਬੇਇੱਜ਼ਤੀ ਨਾ ਹੋਵੇ, ਹੈ ਨਾ, ਤਾਂ ਮੇਰੀ ਮੰਮੀ ਨੂੰ ਸਰਨੀਮਾ ਕਰਨਾ ਪਵੇ, ਮੇਰੇ ਮੁੰਡਾ ਮਰ ਗਿਆ, ਹੈ ਨਾ, ਲਾਈਕ ਦ ਮੈਕਡੋਨਲਡ ਸਟੋਰੀ, ਹੈ ਨਾ, ਵਾਹ ਔਫਲ ਐਂਡਿੰਗ, ਹੈ ਨਾ, ਟੂ ਅ ਲਾਈਫ. ਆ ਜਾਓ. ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਦਰਗਹਿ ਚੱਲਿਆ, ਗੁਰਮੁਖ ਸੱਚੀ ਦਰਗਹਿ ਜਾਏ, ਸੱਚੀ ਦਰਗਹਿ ਜਾਏ, ਸੱਚਾ ਪਿੜ ਮਲਿਆ, ਸੱਚਾ ਪਿੜ ਮਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਦਰਗਹਿ ਚੱਲਿਆ, ਵਾਹਿਗੁਰੂ, 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 ਭੁੱਲਾ ਚੁੱਕਾ ਮਾਫ ਕਰਨੇ, ਇੱਦਾਂ ਹੀ ਮਰ ਜਾਵੇ ਕੋਈ ਨਹੀਂ, ਐਨ ਇੱਦਾਂ ਸੰਗਤ ਕਹੇ ਤਾਂ ਵਾ ਅ ਵੰਡਰਫੁਲ ਲਾਈਫ, ਹੈ ਨਾ.
But to do that, we have to start to live. Maran de preparation, aaj shuru. This is Khalsa campus, that maryada, to live in the remembrance of death, not to fear death, but the remembrance of death, that when death ever comes, that we will look forward. That Maharaji, you in my life here, and in the next life, you'll be in my life. Je Guru's not in our life, in this life, je Guru saade jindagi ch honani, agge mani. Amrit chakna pehna, Guru wale banna pehna, rehat rakhni pehni, we have to follow the Guru's path. Pulla chukka maaf karne, Vaheguru Ji ka khalsa, Vaheguru Ji ki.